ਅਤੇ ਡੀ ਡੀ ਸਰ ਫਿਰ ਕੱਲ੍ਹ ਆ ਗਏ ਫਿਰ ਨਤੀਜੇ ਪੰਜਾਬ ਦੇ ਵੀ ਅਤੇ ਬਹੁਤ ਵਧੀਆ ਜੀ ਸਰ। ਦੂਸਰੇ ਚਾਰਾਂ ਸਟੇਟਾਂ ਦੇ, ਅਤੇ ਕਿੱਦਾਂ ਫਿਰ ਜਿੱਦਾਂ ਉਹਨੇ ਜਿਹੜਾ ਹੁੰਜਾ ਫੇਰਤਾ ਆਪ ਕੰਪਲੀਟ ਵਾਲਿਆਂ ਨੇ, ਕਲੀਨ ਸਵੀਪ, ਹੈਂ ਕਲੀਨ ਸਵੀਪ ਕੀਤੀ ਉਹਨਾਂ ਨੇ। ਹਾਂ ਮੈਂ ਕਹਿੰਦਾ ਜੀ ਗੱਲੋਂ ਤਾਂ ਚੰਗਾ ਹੋਇਆ ਵੀ ਥੋੜ੍ਹਾ ਜਿਹਾ ਦੂਜਿਆਂ ਨੂੰ ਵੀ ਮੌਕਾ ਮਿਲੂਗਾ, ਅਦਰਵਾਈਜ਼ ਦੇ ਹੈ ਟੇਕਨ ਫੋਰ ਗਰੰਟਿਡ ਦੀ ਹੋਲ ਪੰਜਾਬ, ਸਾਰੇ ਪੰਜਾਬੀਆਂ ਨੂੰ ਉਹਨਾਂ ਨੇ ਇਹ ਲਿੱਤਾ ਸੀ ਵੀ ਇੱਕ ਵਾਰੀ ਅਸੀਂ ਆ ਗਏ, ਇੱਕ ਵਾਰੀ ਤੁਸੀਂ ਆ ਗਏ, ਲੁੱਟ ਕੇ ਖਾਈ ਚੱਲੋ। ਬਟ ਨਾਓ ਦਾ ਸੀਨ ਇਜ਼ ਗੋਇੰਗ ਟੂ ਬੀ ਡਿਫਰੈਂਟ, ਨੋ ਡਾਊਟ ਵੀ ਉਹ ਆ ਤਾਂ ਗਏ ਆ, ਪਰ ਇਟ ਇਜ਼ ਨੋਟ ਗੋਇੰਗ ਟੂ ਬੀ ਪੀਸ ਆਫ ਕੇਕ ਫੋਰ ਦੈਮ। ਡਿਫੀਕਲਟ ਹੋਏਗਾ ਉਹਨਾਂ ਲਈ ਕਿਉਂਕਿ ਖਜ਼ਾਨੇ ਖਾਲੀ ਹੈ, ਵਾਅਦੇ ਬਹੁਤ ਜ਼ਿਆਦਾ ਕੀਤੇ ਹੋਏ ਇਹਨਾਂ ਨੇ, ਲੇਡੀਜ਼ ਨੂੰ ਪੈਸਾ ਦੇਣਾ, ਕਈ ਹਜ਼ਾਰ ਕਰੋੜ ਚਾਹੀਦਾ ਉਹਦੇ ਲਈ, ਬਿਜਲੀ ਫ੍ਰੀ ਕਰਨੀ ਹੈ। ਨਹੀਂ ਚਲੋ ਉਹਦੇ ਬਾਅਦ ਦੀਆਂ ਗੱਲਾਂ ਉਹਦੇ ਸ਼ੁਰੂ ਹੋਣਾ ਹੈ, ਜਿੱਤ ਤਾਂ ਲੇਕਿਨ ਗਏ, ਠੀਕ ਹੈ ਵੀ ਹੋ ਗਿਆ। ਨਹੀਂ ਮੇਰਾ ਮੇਰਾ ਜਿਹੜਾ ਸਵਾਲ ਇਹ ਹੈਗਾ ਕਿ ਇਹ ਸੱਚਮੁੱਚ ਜਿੱਦਾਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਇਹ ਸੱਚਮੁੱਚ ਹੀ ਮਤਲਬ ਪੰਜਾਬ ਦੇ ਲੋਕਾਂ ਨੇ ਆਪ ਨੂੰ ਵੋਟ ਪਾਇਆ? ਨਹੀਂ, ਇਹ ਗੁੱਸਾ ਵੀ ਦਿਖਾਇਆ, ਇਹ ਤਾਂ ਗੁੱਸਾ ਹੈ ਦੋਨੋਂ ਜਿਹੜੀਆਂ ਅੱਜ ਤੋਂ 50 ਸਾਲਾਂ ਤੋਂ ਚੇਂਜ ਪਾਰਟੀਆਂ, ਔਰ ਚੇਂਜ ਵੀ ਚਾਹੁੰਦੇ ਆ ਸਰ, ਆਮ ਨੂੰ ਪਾਈ ਹੈ ਉਹਨਾਂ ਨੇ ਕਿਉਂਕਿ ਪਿਛਲੀ ਵਾਰ ਉਹ ਕੁਛ ਕੁਛ ਵੋਟਾਂ ਤੋਂ ਰਹਿ ਗਏ ਸੀ। ਨਾਓ ਦੇ ਵਾਂਟਿਡ ਕਿ ਆਪ ਆਵੇ, ਉਹ ਗੱਲ ਠੀਕ ਹੈ ਵੀ ਉਹਨਾਂ ਕੋਲ ਫੇਸਿਸ ਨਹੀਂ ਹੈਗੇ। ਪਿਛਲੀ ਵਾਰੀ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਜਦੋਂ ਪਿਛਲੀ ਵਾਰੀ 10 ਸਾਲ ਅਕਾਲੀਆਂ ਦਾ ਰਾਜ ਸੀਗਾ, ਉਸ ਵੇਲੇ ਜਦੋਂ ਇਲੈਕਸ਼ਨ ਹੋਇਆ ਤੇ 10 ਸਾਲ ਤੋਂ ਅਕਾਲੀ ਰਾਜ ਕਰ ਰਹੇ ਸੀਗੇ, ਤੇ ਲੋਕਾਂ ਨੂੰ ਸਿਰਫ ਅਕਾਲੀਆਂ ਵਿਰੁੱਧ ਗੁੱਸਾ ਸੀ, ਔਰ ਉਹਨਾਂ ਨੇ ਉਹ ਕਿਹਾ ਵੀ ਚਲੋ ਠੀਕ ਹੈ, ਅਕਾਲੀਆਂ ਦੀ ਜਗ੍ਹਾ 'ਤੇ ਆਪਾਂ ਨਵੀਂ ਪਾਰਟੀ ਨੂੰ ਕਿਉਂ ਚਾਂਸ ਦੇਣਾ, ਅਤੇ ਅਸੀਂ ਕਾਂਗਰਸ ਨੂੰ ਦੇ ਦੇਣਾ, ਉਹਨਾਂ 77 ਸੀਟਾਂ ਦੇ ਦਿੱਤੀਆਂ। ਇਸ ਵਾਰੀ ਮੈਨੂੰ ਲੱਗਦਾ ਗੁੱਸਾ ਇਸ ਕਰਕੇ ਜ਼ਿਆਦਾ ਵੱਧ ਗਿਆ ਹੈ ਕਿ ਮਤਲਬ ਉਹਨਾਂ ਨੂੰ ਲੱਗੇ ਕਿ ਦੋਨੋਂ ਇੱਕੋ ਤਰ੍ਹਾਂ ਦੇ ਹੈ, ਔਰ ਹੈ ਵੀ ਹੈ, ਔਰ ਬੀਜੇਪੀ ਦੀ ਐਂਟਰੀ ਜਿਹੜੀ ਹੈ ਉਹ ਲੇਟ ਹੋਈ ਹੈ ਇਹਦੇ ਵਿੱਚ। ਬੀਜੇਪੀ ਨੇ ਆਪਣੀ ਹੋਂਦ ਹੀ ਨਹੀਂ ਬਣਾਈ ਇੱਥੇ, ਪਹਿਲਾਂ ਹੀ ਨਹੀਂ ਸੀਗੀ ਉਹਦੀ, ਉਹ ਅਕਾਲੀਆਂ ਦੇ ਨਾਲ ਹੋਣ ਕਰਕੇ ਉਹਨਾਂ ਨੇ ਆਪਣੀ ਕਦੀ ਪ੍ਰੈਜੈਂਸ ਸ਼ੋਅ ਹੀ ਨਹੀਂ ਕਰ ਪਾਏ ਕਿ ਅਸੀਂ ਵੀ ਕੋਈ ਪਾਰਟੀ ਹਾਂ, ਔਰ ਇਸ ਵਾਰ ਅਗਰ ਇਹਨਾਂ ਨੇ ਕਰਨੀ ਸੀਗੀ ਕਿਸਾਨਾਂ ਦਾ ਮੁੱਦਾ, ਤੇ ਕਿਸਾਨਾਂ ਦੇ ਮੁੱਦੇ ਦੀ ਵਜ੍ਹਾ ਨਾਲ ਇਸ ਵਾਰੀ ਇਹ ਲੇਟ ਹੋ ਗਏ। ਤੁਸੀਂ ਦੇਖੋ ਪੱਛਮ ਯੂਪੀ ਦੇ ਵਿੱਚ ਵੀ ਜੇ ਵੋਟਾਂ ਦਾ ਮਾਰਜਨ ਬਹੁਤ ਘੱਟ ਰਿਹਾ ਅਖਿਲੇਸ਼ ਦਾ, SP ਦਾ ਤੇ BJP ਦਾ, 27-27 28-28 ਦੇ ਕਰੀਬ ਲੈ ਕੇ ਗਏ, ਬਾਕੀ ਜਗ੍ਹਾ ਤੇ ਬਹੁਤ ਜ਼ਿਆਦਾ ਡਿਫਰੈਂਸ ਹੈ ਕਿ ਇਹਨਾਂ ਦੀ BJP ਦੀ 40-50 ਨੇ, ਉਹਨਾਂ ਦੀ 10-12 ਨੇ। ਓਨਲੀ ਪੱਛਮ ਯੂਪੀ ਦੇ ਵਿੱਚ ਇਹ ਰਿਫਲੈਕਸ਼ਨ ਆਈ ਹੈ ਕਿਉਂਕਿ ਉੱਥੇ ਵੀ ਕਿਸਾਨਾਂ ਨੇ ਆਪਣਾ ਗੁੱਸਾ ਦਿਖਾਇਆ ਹੈ, ਪਰ ਉਹ ਇੰਨਾ ਜ਼ਿਆਦਾ ਨਹੀਂ ਕਰ ਪਾਏ ਕਿ BJP ਅਪਰੂਟੀ ਹੋ ਜਾਂਦੀ ਉੱਥੋਂ ਦੀ। ਹਾਂ ਨਹੀਂ ਦੇਖੋ ਜਿਹੜਾ ਆਪਣਾ BJP ਦਾ ਦੇਖੋ ਤੁਸੀਂ, 4 ਸਟੇਟਾਂ ਦੇ ਵਿੱਚ ਉਹ ਵਾਪਸੀ ਕਰ ਰਹੀ ਹੈ, ਜਿਹਦੇ ਵਿੱਚੋਂ 3 ਸਟੇਟਾਂ 'ਚੋਂ ਦੂਸਰੀ ਵਾਰੀ ਆ ਰਹੀ ਹੈ, ਅਤੇ ਤੁਹਾਡੇ ਗੋਆ ਦੇ ਵਿੱਚੋਂ 3ਰੀ ਵਾਰੀ ਵਾਪਸ ਆ ਰਹੀ ਹੈ। ਸੋ ਅਸੀਂ ਫਿਰ ਦੁਬਾਰਾ ਗੱਲ ਪੰਜਾਬ ਦੀ ਕਰ ਰਹੇ ਹਾਂ ਕਿ ਜਿੱਦਾਂ ਹੁਣ ਸਰਕਾਰ ਤਾਂ ਬਣ ਜਾਣੀ ਹੈ, ਕੱਲ੍ਹ ਪਰਸੋਂ ਤੱਕ ਹੋ ਜਾਣਾ ਹੈ, ਚੰਗਾ ਹੋਇਆ ਕਿ ਜਿਹੜੇ ਪੁਰਾਣੇ ਕਾਂਗਰਸੀ ਜਾਂ ਅਕਾਲੀ ਲੀਡਰ ਸੀਗੇ ਜਿਨ੍ਹਾਂ ਨੇ ਮਤਲਬ ਇੱਕ ਕਿਸਮ ਜਿਹਨੂੰ ਅਸੀਂ ਕਹਿੰਦੇ ਨਾ ਪੁੱਠ ਚੁੱਕਿਆ ਹੋਇਆ ਸੀਗਾ, ਜਿਹਦੇ ਵਿੱਚ ਮਜੀਠੀ ਆ ਗਿਆ, ਸਾਡੇ ਸਿੱਧੂ ਸਾਹਿਬ ਆ ਗਏ, ਫਿਰ ਸਾਰੇ ਬਾਦਲ ਆ ਗਏ, ਕੈਪਟਨ ਆ ਗਏ, ਲੋਕਾਂ ਨੇ ਐਨ ਖੁੰਝੇ ਲਾ ਕੇ ਰੱਖਤਾ, ਉਸ ਗੱਲੋਂ ਤਾਂ ਬੜੀ ਖੁਸ਼ੀ ਹੋ ਰਹੀ ਹੈ। ਮਤਲਬ ਇੰਨੀ ਖੁਸ਼ੀ ਜਿਹੜੀ ਹੈ ਨਾ, ਉਹ ਆਪ ਦੇ ਜਿੱਤਣ ਦੀ ਨਹੀਂ ਹੋ ਰਹੀ, ਜਿੰਨੀ ਕਿ ਹਾਰਨ ਦੀ ਹੋ ਰਹੀ ਹੈ ਵੀ ਇਹਨਾਂ ਨੇ ਨਾ ਗਰੰਟਡ ਲੈ ਲਿਆ ਸੀਗਾ। ਹੁਣ ਤੁਸੀਂ ਜਿੱਦਾਂ ਸਿੱਧੂ ਸਾਹਿਬ ਦੀ ਭਾਸ਼ਾ ਸੁਣੋ, ਕਦੇ ਕੌਣ ਹੋਏ, ਕਿੱਥੇ ਹੋਏ, ਲੰਬੂ ਹੋਏ, ਲੰਡੂ ਹੋਏ, ਇਹ ਕਦਾ ਸਾਡੇ ਨੇਤਾ ਦੀ ਭਾਸ਼ਾ। ਲੇਕਿਨ ਸਮੱਸਿਆ ਇਹ ਹੈ ਜਿਹੜੀ ਮੈਨੂੰ ਸਮਝ, ਜਿਹੜੀ ਮੇਰੇ ਹਿਸਾਬ ਨਾਲ ਲੱਗ ਰਹੀ ਹੈ, ਚੰਗੀ ਗੱਲ ਹੈ ਪੁਰਾਣੀ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਸੀਗੀਆਂ ਉਹਦੇ ਵਿੱਚੋਂ ਜਿਹਨੂੰ ਕਹਿੰਦੇ ਨਾ ਪੂੰਜਾ ਹੀ ਲਾ ਦਿੱਤਾ, ਮਤਲਬ ਝਾੜੂ ਨੂੰ ਹੀ ਲਾਇਆ, ਪੂੰਜਾ ਜਾ ਲਾ ਕੇ ਨਾ ਐਨ ਸਫਾਈ ਕਰਕੇ ਨਵੇਂ ਆਏ ਆ। ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਸਵਾਈ ਇਹਨਾਂ ਦੇ ਹੋਰ ਕੋਈ ਲੱਭਣਾ ਹੀ ਨਹੀਂ, ਆਲ ਨਿਊ ਫੇਸਿਸ, ਸਾਰੇ ਨਿਊ ਫੇਸਿਸ ਹੈਗੇ, ਉਹ ਗਿਣੇ ਚੁਣੇ ਮੇਰੇ ਕੋਲ 18 ਕਾਂਗਰਸੀ ਰਹਿ ਗਏ ਤੇ 3 ਇਹ ਰਹਿ ਗਏ, 2 BJP ਵਾਲੇ। ਕਾਂਗਰਸ ਦੀ ਇਹ ਜਿਹੜੀ ਪੋਜੀਸ਼ਨ ਅੱਜ ਜਿਹੜੀ ਬਣੀ ਹੈ ਨਾ, ਇਹਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਰਿਸਪੋਂਸੀਬਲ ਹੈ। ਕਾਂਗਰਸ ਨੇ ਆਪਣੇ ਬਣਦੀ ਬਣਦੀ ਸਰਕਾਰ ਨੂੰ ਆਪ ਵਿਗਾੜ ਕੇ ਰੱਖਿਆ। ਹਾਂ, ਇੱਕ ਟਾਈਮ ਸੀ ਜਦ ਇਹ ਲੱਗਦਾ ਸੀ ਵੀ ਕਾਂਗਰਸ ਦੁਬਾਰਾ, ਜਿਹੜਾ ਇਹਨਾਂ ਨੇ ਇੰਨੀ ਲੇਟ ਕੈਪਟਨ ਨੂੰ ਬਾਹਰ ਕੀਤਾ, ਪ੍ਰਧਾਨ ਬਣਾ ਤਾ ਸਿੱਧੂ ਸਾਹਿਬ ਨੂੰ, ਸਿੱਧੂ ਸਾਹਿਬ ਦੀ ਜਿਹੜੀ ਬਦਜ਼ੁਬਾਨੀ ਸੀ ਨਾ ਲੋਕਾਂ ਨੂੰ ਬਿਲਕੁਲ ਚੰਗੀ, ਜਿਹੜਾ ਟ੍ਰੀਟਮੈਂਟ ਇਹਨਾਂ ਨੇ ਕੈਪਟਨ ਸਾਹਿਬ ਨੂੰ ਦਿੱਤਾ, ਦੈਟ ਵਾਸ ਡਿਸਗ੍ਰੇਸਫੁਲ, ਐਗਜ਼ਿਟ ਵਾਸ ਡਿਸਗ੍ਰੇਸਫੁਲ। ਬਿਲਕੁਲ, ਹੀ ਕਮਾਂਡਡ ਦਿਸ ਮਚ ਰਿਸਪੈਕਟ ਕਿ ਉਹਨੂੰ ਆਰਾਮ ਨਾਲ ਤਰੀਕੇ ਸਿਰ ਜਾਣ ਦਾ ਕੋਈ ਰਸਤਾ ਦਿੰਦੇ ਨਾ। ਬਹੁਤ 6 ਮਹੀਨੇ ਪਹਿਲਾਂ ਤੁਸੀਂ ਉਹਨੂੰ ਕਹਿਤਾ ਵੀ ਚੱਕ ਦੇ ਮਾਊਟ। ਦੇਖੋ ਤੁਸੀਂ ਸੁਨੀਲ ਜਾਖੜ ਦੇ ਫੇਵਰ ਦੇ ਵਿੱਚ ਕਿੰਨੇ MLA ਸੀ,
जज्बात दा वरत लो, धर्म दा बदल लो, वरत लो। इन्हां ने जाखड़ साहिब नूं क्यों नहीं दिता? ਉਹ ਕਿਉਂ ਰੋਂਦਾ ਰਿਹਾ? ਉਹ ਕਹਿੰਦਾ ਜੀ ਕਿਉਂਕਿ ਮੈਂ ਸਿੱਖ ਫੇਸ ਨਹੀਂ। ਯਾਰ ਤੁਸੀਂ ਅਜੇ ਵੀ ਅਸੀਂ ਉਸੇ ਗੱਲਾਂ ਤੇ ਚੱਲਦੇ ਹਾਂ। ਸੋ ਕਾਂਗਰਸ ਦਾ ਤੇ ਪੱਠਾ ਬਹਿਣਾ ਲਗਭਗ ਤੈਅ ਹੈ, ਔਰ ਪੰਜਾਬ ਦੇ ਕੋਲ ਬਚਿਆ ਹੋਇਆ ਸੀ ਉਹ ਵੀ ਖਤਮ ਹੋ ਗਿਆ। ਯੂਪੀ ਦੇ ਵਿੱਚ ਦੇਖੋ 403 ਵਿੱਚ ਇਹਨਾਂ ਦੀਆਂ 2 ਸੀਟਾਂ ਆਈਆਂ। ਤੁਸੀਂ ਇਹ ਦੇਖੋ ਨਾ, ਔਰ ਬਾਕੀ ਜਾਤੀ ਦੇ ਨਾਂ ਤੇ ਇੱਕ ਪਾਰਟੀ ਤਿਆਰ ਹੋਈ ਬੀਐਸਪੀ, ਉਹਨੇ ਰੋਲ ਵੀ ਕੀਤਾ ਉੱਥੇ ਜਾਤੀ ਦੇ ਨਾਂ ਤੇ ਵੋਟ, ਪਰ ਇੱਕੋ ਵਾਰੀ ਕੀਤਾ ਨਾ ਉਹਨੇ ਵੀ। ਪਰ ਅੱਜ ਦੇਖੋ, ਅੱਜ 2 ਸੀਟਾਂ ਤੇ ਰਹਿ ਗਈ ਸਿਮਟ ਗਈ। ਬਿਲਕੁਲ ਬਿਲਕੁਲ, ਉਹ ਤਾਂ ਖਤਮ ਹੀ ਹੋ ਗਿਆ ਹੈ। ਪਰ ਚਲੋ ਐਨੀਵੇਜ਼, ਮੈਂ ਦੇਖੋ ਇਹ ਗੱਲ ਕਰਦਾ ਵੀ ਜੇ ਇਹਨਾਂ ਨੇ ਹੁਣ ਜਿੱਤੇ ਨੇ ਔਰ ਇੰਨੇ ਜ਼ਿਆਦਾ ਪ੍ਰੋਮਿਸਿਸ ਕੀਤੇ ਹੋਏ ਨੇ, ਇਟ ਇਜ਼ ਨਾਟ ਗੋਇੰਗ ਟੂ ਬੀ ਈਜ਼ੀ ਫਾਰ ਦੈਮ। ਅੱਛਾ ਵੱਡੀ ਗੱਲ ਜਿਹੜੀ ਸਰ, ਉਹਨਾਂ ਚ ਗੁੱਸਾ ਵੀ ਬਹੁਤ ਹੈ, ਉਹ ਦੇਖਣਾ ਚਾਹੁੰਦੇ ਇਹਨਾਂ ਦੀ ਬਹੁਤ ਜ਼ਿਆਦਾ ਮਤਲਬ। ਇਹਨਾਂ ਦੇ ਫਿਰ ਜੇਕਰ ਇਹਨਾਂ ਨੇ ਵੀ ਉਹੋ ਹੀ ਕੰਮ ਕੀਤਾ ਜਿੱਦਾਂ ਤੁਹਾਡੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੇ ਸਾਹਮਣੇ ਰੱਖ ਕੇ ਕਸਮਾਂ ਖਾਧੀਆਂ ਦੇ ਬਾਅਦ ਚ ਮੁੱਕਰ ਗਏ ਵੀ ਤੁਹਾਨੂੰ ਅਸੀਂ ਜੀ ਮੋਬਾਈਲ ਦਿਆਂਗੇ, ਆਹ ਕਰਾਂਗੇ ਜੀ, ਵੋ ਕਰਾਂਗੇ, ਨਸ਼ਾ 3 ਮਹੀਨਿਆਂ 'ਚ ਖਤਮ ਕਰ ਦਿਆਂਗੇ। ਇਹਨਾਂ ਨੇ ਉਹਨਾਂ ਕੋਲੋਂ ਕੁਛ ਜ਼ਿਆਦਾ ਹੀ ਵਾਅਦੇ ਕੀਤੇ ਹੋਏ ਆ। ਹਰ ਔਰਤ ਨੂੰ 1000 ਰੁਪਈਆ ਦੇਣਾ ਹਰ ਮਹੀਨੇ, ਔਰ ਕੁੜੀਆਂ ਨੂੰ ਸਕੂਟੀ, ਪਤਾ ਨਹੀਂ ਸਕੂਟੀ ਲੈ ਕੇ ਇਹਨਾਂ ਨੇ ਦੇਣੀ ਹੈ, ਕਿਸੇ ਹੋਰ ਨੇ ਦੇਣੀ ਸੀ, ਉਹ ਮਰਗਲੋ ਦੇ ਕਾਂਗਰਸ ਇੱਥੇ ਇਹਨਾਂ ਨੇ ਆਪਣੇ ਲਾਸਟ ਵਿੱਚ ਸਿੱਧੂ ਸਾਹਿਬ ਨੇ ਕਹਿਣਾ ਸਕੂਟੀ ਸਕਾਟੀ ਲੈ ਕੇ ਦਿਆਂਗੇ ਜੀ ਅਸੀਂ, ਜਿਹੜੀਆਂ ਕੁੜੀਆਂ ਕਾਲਜ ਜਾਂਦੀਆਂ ਤੁਸੀਂ ਲੈ ਦਿਓ ਆਪਣਾ ਵਾਲਾ। ਪਰ ਹੁਣ ਸਰ ਗੱਲ ਇਹ ਹੈਗੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਆ ਰਹੀ ਹੈ, ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਤੋਂ ਇਲਾਵਾ ਕੋਈ ਹੋਰ ਨੇਤਾ ਜਿਹਨੂੰ ਤੁਸੀਂ ਜਾਣਦੇ ਹੋ? ਜਾਣਨ ਤੋਂ ਇਲਾਵਾ ਭਗਵੰਤ ਮਾਨ ਦੀ ਵੀ ਸੀਰੀਅਸਨੈਸ ਉਹਦੇ ਕੰਮ ਤੋਂ ਬਾਅਦ ਹੀ ਪਤਾ ਲੱਗੂਗੀ ਵੀ ਹਾਊ ਮੱਚ ਸੀਰੀਅਸ ਹੀ ਇਜ਼ ਐਕਚੁਅਲੀ। ਅਸੀਂ ਉਹਨੂੰ ਐਜ਼ ਅ ਸੀਰੀਅਸ ਬੰਦਾ ਕਦੀ ਦੇਖਿਆ ਨਹੀਂ। ਇੱਕ ਉਹਦੀ ਜਿਹੜੀ ਡਰਿੰਕਿੰਗ ਦੀ ਹੈਬਿਟ ਹੈ ਉਹ ਉਹਨੂੰ ਨੈਗੇਟਿਵ ਉਹਦੇ 'ਚ ਜਾਂਦੀ ਹੈ। ਤੁਸੀਂ ਅਗਰ ਸ਼ਾਮ ਨੂੰ ਕੋਈ ਕੰਮ ਹੈ ਐਂਡ ਯੂਅਰ ਚੀਫ ਮਿਨਿਸਟਰ ਇਜ਼ ਡਰੰਕ ਤੇ ਤੁਸੀਂ ਉਹ ਤਾਂ ਕੋਈ ਕੰਮ ਹੀ ਨਹੀਂ ਲੈ ਸਕਦੇ। ਉਹ ਆਦਤ ਤੇ ਵੀ ਉਹ ਸੁਧਾਰ ਚਾਹੀਦਾ। ਅਸਲ 'ਚ ਭਾਜੀ ਉਹ ਕਲਾਕਾਰ ਬੰਦਾ ਦੇਖੋ, ਹੈ ਉਹ ਕਲਾਕਾਰ ਹੈ ਲੇਕਿਨ ਉਹਨੇ ਜਿਸ ਜ਼ਿੰਮੇਵਾਰੀ 'ਚ ਆ ਰਿਹਾ ਉਹ ਤੇ ਉਹਨੂੰ ਨਿਭਾਣੇ ਪੈਣੀ ਹੈ। ਦੇਖੋ ਯੂਕਰੇਨ ਦੇ ਵਿੱਚ ਵੀ ਉਹ ਕਲਾਕਾਰ ਹੀ ਸੀਗਾ, ਉਹਨੇ ਮਰਵਾ ਦਿੱਤਾ ਯੂਕਰੇਨ ਦਾ। ਅੱਛਾ ਇਹ ਵੀ ਲੋਕੀ ਇਲਜ਼ਾਮ ਲਗਾ ਰਹੇ ਆ ਕਿਤੇ ਪੰਜਾਬ ਨੂੰ ਇਸ ਤਰ੍ਹਾਂ ਦਾ ਯੂਕਰੇਨ ਵਰਗਾ ਹੀ ਨਾ ਬਣਾ ਦੇ। ਆ ਮਤਲਬ ਕਿਉਂਕਿ ਐਕਸਪੀਰੀਅੰਸ ਨਹੀਂ ਹੈ, ਕੋਈ ਸਿਚੁਏਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਨੂੰ ਹੈਂਡਲ ਨਾ ਕਰ ਪਾਵੇ, ਨਹੀਂ ਕਰਨਾ ਆਉਂਦਾ, ਮਤਲਬ ਸੋ ਫਾਰ ਵਾਟ ਵੀ ਕੰਸੀਡਰ ਕਿਉਂਕਿ ਕਿਸੇ ਵੀ ਰਿਨੋਨਡ ਪਾਰਟੀ ਦਾ ਬੈਕਅਪ ਨਹੀਂ ਹੈ, ਉਹਨਾਂ ਨੂੰ ਵੀ ਕੋਈ ਬਹੁਤਾ ਐਕਸਪੀਰੀਅੰਸ ਨਹੀਂ ਹੈ। ਐਂਡ ਸੈਂਟਰ ਦੇ ਵਿੱਚ ਬੈਠੀ ਹੈ ਬੀਜੇਪੀ, ਵੈਰੀ ਲੈਸ ਚਾਂਸਿਸ ਟੂ ਹੈਵ ਦੀ ਕੋਆਰਡੀਨੇਸ਼ਨ ਬਿਟਵੀਨ ਸੈਂਟਰ ਐਂਡ ਪੰਜਾਬ, ਔਰ ਪੰਜਾਬ ਦਾ ਉਧਾਰ ਤਾਂ ਹੀ ਹੋ ਸਕਦਾ ਜੇ ਕੋਆਰਡੀਨੇਸ਼ਨ ਹੋਏ। ਪੰਜਾਬ ਦੀ ਤਾਂ ਦੀਪਕ ਜੀ ਬਦਕਿਸਮਤੀ ਰਹੀ ਅੱਜ ਤੱਕ ਕਿ ਜਿਹੜੀ ਸਰਕਾਰ ਸੈਂਟਰ ਚ ਹੁੰਦੀ ਹੈ ਉਹ ਸਟੇਟ ਚ ਨਹੀਂ ਹੁੰਦੀ, ਜੇ ਉੱਥੇ ਕਾਂਗਰਸ ਹੈ ਤੇ ਇੱਥੇ ਅਕਾਲੀ ਹੈ, ਇੱਥੇ ਅਕਾਲੀ ਹੈ, ਔਰ ਇਹੋ ਇੱਕ ਕਾਰਨ ਹੈ। ਔਰ ਦੂਸਰਾ ਅਗਰ ਇੱਕ ਹੋਰ ਐਂਗਲ ਤੋਂ ਮੈਂ ਦੇਖਦਾ ਕਿ ਹੁਣ ਬੇਸਿਕਲੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਬੀਜੇਪੀ ਨੇ, ਚਲੋ ਇਸ ਵਾਰੀ ਪਿਛਲੀ ਵਾਰੀ 3 ਸੀਟਾਂ ਸੀ, ਇਸ ਵਾਰੀ 2 ਤੇ ਆ ਗਈ ਹੈ, ਲੇਕਿਨ ਜਿਹੜੇ ਅਗਲੇ 5 ਸਾਲ ਹੈ, ਜਿੱਦਾਂ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਕਹਿ ਵੀ ਰਿਹਾ ਸੀ ਕਿ ਅਸੀਂ ਹੁਣ 5 ਸਾਲਾਂ ਦੇ ਵਿੱਚ ਆਪਣਾ ਉੱਥੇ ਪੂਰਾ ਸੰਗਠਨ ਤਿਆਰ ਕਰਾਂਗੇ ਔਰ ਅਗਲੇ ਇਲੈਕਸ਼ਨ ਲੜਨ ਤੱਕ, ਕਿਉਂਕਿ ਕਾਂਗਰਸ ਤੇ ਹੁਣ ਕਿਸੇ ਕੰਮ ਦੀ ਰਹੀ ਨਹੀਂ ਜਦ ਤੱਕ ਕਾਂਗਰਸ ਨੇ ਦੇਖੋ ਆਪਣੀ ਲੀਡਰਸ਼ਿਪ ਨਹੀਂ ਖਤਮ ਕੀਤੀ, ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ ਵੀ ਨਹੀਂ ਬਹੁਤਾ, ਕੋਈ ਇਹਨਾਂ ਨੂੰ ਪਛਾਣਦਾ ਵੀ ਨਹੀਂ, ਔਰ ਜਿਹੜੇ ਕਿਸਾਨਾਂ ਦਾ ਮੋਰਚਾ ਦੀ ਵਜ੍ਹਾ ਨਾਲ ਹੋਰ ਲੋਕੀ ਵਿਰੋਧ ਹੋਏ, ਮੇਜਰ ਤਾਂ ਉਹੀ ਸੀਗਾ ਇਸ਼ੂ ਇੱਕ ਬਣਿਆ ਵੀ ਜਿਹੜਾ ਕਿਸਾਨਾਂ ਕਰਕੇ, ਅਦਰਵਾਈਜ਼ ਸਾਰੇ ਪੰਜਾਬੀ ਪ੍ਰੋ ਬੀਜੇਪੀ ਸੀ, ਐਂਟੀ ਕਾਂਗਰਸ ਸੀਗੇ। ਅਗਰ ਇਹ ਨਾ ਕੁਛ ਹੋਇਆ ਹੁੰਦਾ ਆਪਣਾ ਕਿਸਾਨਾਂ ਵਾਲਾ ਮੁੱਦਾ, ਦ ਥਿੰਗਸ ਵੁੱਡ ਹੈਵ ਬੀਨ ਡਿਫਰੈਂਟ। ਇੱਕ ਗੱਲ ਹੋਰ ਹੈ ਜਿਹੜੀ ਸਰ ਤੁਸੀਂ ਦੇਖਿਆ ਕਿ ਸਾਡੇ ਵੋਟਰਾਂ ਨੂੰ, ਸਾਡੇ ਲੋਕਾਂ ਨੂੰ ਬੜਾ ਅਜੀਬ ਕਿਸਮ ਦਾ ਸੁਭਾਅ ਆਇਆ ਸਾਡਾ ਨਾ, ਖਾਸ ਤੌਰ 'ਤੇ ਪੰਜਾਬੀਆਂ ਦਾ, ਕਿਸਾਨਾਂ ਦੇ ਸਾਰੇ ਸਣੇ ਰਾਜੇਵਾਲ ਸਾਰੇ ਦੀ ਡਿਮਾਂਡ ਦਾ ਜਵਾਬ ਤਾਂ ਜਬ ਤੋਂ ਹੀ ਸਭ ਨੇ ਹੋਈ, ਇਹਦਾ ਮਤਲਬ ਇਹ ਹੋਇਆ ਕਿ ਇਹ ਲੋਕੀ ਮਤਲਬ ਸਰ ਤੁਸੀਂ ਜਿਹੜੇ ਬੀਜੇਪੀ ਦੀ ਲੀਡਰਸ਼ਿਪ ਹਾਈ ਲੀਡਰਸ਼ਿਪ ਜਿਹੜੀ ਕਹਿੰਦੀ ਰਹੀ ਹੈ ਡਿਊਰਿੰਗ ਕਿਸਾਨ ਅੰਦੋਲਨ ਕਿ ਇਹ ਸਪੌਂਸਰਡ ਪ੍ਰੋਗਰਾਮ ਹੈ, ਕੋਈ ਐਜੀਟੇਸ਼ਨ ਨਹੀਂ ਹੈ ਐਂਡ ਇਟ ਸਟੈਂਡ ਪ੍ਰੂਵਡ ਨਾਓ। ਅਗਰ ਜਲਦੀ ਸੋਲਵ ਕਰ ਲਿਆ ਜਾਂਦਾ, ਇੰਨਾ ਐਜੀਟੇਸ਼ਨ ਨਾ ਹੁੰਦਾ ਤਾਂ ਸੀਨ ਵੁੱਡ ਹੈਵ ਬੀਨ ਡਿਫਰੈਂਟ। ਬਿਲਕੁਲ ਬੀਜੇਪੀ ਦੀ ਹੋਂਦ ਇੱਥੇ ਬਣੀ ਹੁੰਦੀ, ਕਿਸਾਨਾਂ ਦਾ ਇੰਨਾ ਗੁੱਸਾ ਨਾ ਹੁੰਦਾ।
ਅਸੀਂ ਦੇਖੋ ਨਾ ਅੱਜ ਹੀ ਹੁਣ ਹੋਇਆ ਕੀ ਹੈ, ਅੱਜ ਹੀ ਪਤਾ ਲੱਗਿਆ ਕਿ ਭਗਵੰਤ ਮਾਨ ਜਹਾਜ਼ ਤੇ ਚੜ ਕੇ ਦਿੱਲੀ ਜਾ ਰਿਹਾ। ਕਿਹਦੇ ਕੋਲ ਜਾ ਰਿਹਾ ਜੀ? ਕੇਜਰੀਵਾਲ ਨੂੰ, ਇਹ ਕਹਿਣ ਵਾਸਤੇ ਵੀ ਤੂੰ ਉੱਥੇ ਆਉਣਾ। ਆਪਣੀ ਸਟੇਟਮੈਂਟ ਸੀਗੀ ਕਿ ਜਿਹਨੂੰ ਪਾਵਰ ਮਿਲਦੀ ਉਹ ਕਰਪਟ ਹੋ ਜਾਂਦਾ, ਹੋ ਜਾਂਦਾ। ਇਹ ਅੰਨਾ ਹਜ਼ਾਰੇ ਦੇ ਨਾਲ ਬੈਠ ਕੇ ਇਹਨਾਂ ਨੇ ਮਾਈਕ ਦੇ ਉੱਤੇ ਸਟੇਟਮੈਂਟ ਦਿੱਤੀ ਸੀ। ਮੋਹਾਲੀ ਦੇ ਜਿਹੜੇ ਇਹਨਾਂ ਨੇ ਆਪ ਵਾਲਿਆਂ ਨੇ ਸੀਟ ਦਿੱਤੀ ਹੈ ਇੱਕ ਕੁਲਵੰਤ ਸਿੰਘ ਨੂੰ, ਜਿਹੜਾ ਬਹੁਤ ਵੱਡਾ ਬਿਜ਼ਨਸਮੈਨ ਹੈ, ਉਹ ਲੋਕੀ ਉਹ 5 ਵਜੇ ਪਾਰਟੀ ਜੁਆਇਨ ਕਰਦਾ ਤੇ 5:30 ਵਜੇ ਨੂੰ ਸੀਟ ਦੇ ਦਿੱਤੀ ਜਾਂਦੀ ਹੈ। ਔਰ ਸਾਰਿਆਂ ਨੂੰ ਪਤਾ ਕਿ ਉਹ ਕਿੱਡਾ ਵੱਡਾ ਵਪਾਰੀ ਹੈ, 222 ਕਰੋੜ ਤੇ ਉਹਨੇ ਆਪ ਸ਼ੋਅ ਕੀਤਾ ਕਿ ਮੇਰੀ ਪਰਸਨਲ ਪ੍ਰੋਪਰਟੀ ਹੈ। ਸੋ ਅਸੀਂ ਇਹ ਉਮੀਦ ਤੇ ਨਹੀਂ ਨਾ ਕਰ ਸਕਦੇ ਕਿ ਆਪ ਦੇ ਵਿੱਚ ਜਿੰਨੇ ਲੋਕੀ ਆ ਉਹ ਬੜੇ ਆਮ ਬੰਦੇ ਹੈਗੇ। ਨਹੀਂ, ਆਮ ਨਹੀਂ ਹੈ, ਬਟ ਉਹਨਾਂ ਦੇ ਹੁਣ ਪੰਜਾਬੀਆਂ ਕੋਲ ਆਪਸ਼ਨ ਕੋਈ ਨਹੀਂ ਹੈ ਵੀ ਅਕਾਲੀਆਂ ਨੂੰ ਵੀ ਟਰਾਈ ਆਊਟ ਕਰ ਲਿਆ, ਕਾਂਗਰਸ ਨੂੰ ਵੀ ਬਹੁਤ ਵਾਰੀ ਦੇ ਲਿਆ। ਇਹ ਤਾਂ ਮਤਲਬ ਇਹ ਹੋਇਆ ਕਿ ਅੱਛਾ ਜੀ ਇਸ ਵਾਰੀ ਤੂੰ ਮੈਨੂੰ ਲੁੱਟਿਆ ਤੇ ਮੈਂ ਬੜਾ ਦੁਖੀ ਹੋ ਗਿਆ, ਇਸ ਵਾਰੀ ਤੁਸੀਂ ਲੁੱਟੇ ਤੇ ਹੁਣ ਮੈਂ ਤੀਸਰੇ ਬੰਦੇ ਕੋਲ ਲੁਟਾਉਣਾ। ਨਹੀਂ, ਲੁਟਾਉਣਾ ਨਹੀਂ, ਅਸੀਂ ਹੁਣ ਜੇ ਪਾਰਦਰਸ਼ਤਾ ਨਹੀਂ ਰੱਖਣਗੇ ਦਿੰਦੇ ਤੇ ਅਗਲੀ ਵਾਰੀ ਇਹਨਾਂ ਦਾ ਵੀ ਲੱਗ ਜਾਏਗਾ। ਸਮੱਸਿਆ ਇਹ ਖੜੀ ਹੋ ਰਹੀ ਹੈ, ਖਜ਼ਾਨਾ ਸਾਡੇ ਕੋਲ ਹੈ ਨੀ। ਉਹ ਆਪਣੇ ਜਿਹੜੇ ਪਹਿਲੇ ਮਨਪ੍ਰੀਤ ਬਾਦਲ ਜਿਹੜੇ ਉਹ ਹੀ ਉਹ ਪਿਛਲੇ 5 ਸਾਲਾਂ 'ਚ ਇੱਕੋ ਹੀ ਗੱਲ ਕਹਿੰਦੇ ਰਹੇ ਵੀ ਖਜ਼ਾਨਾ ਖਾਲੀ, ਖਾਨਾ ਖਾਲੀ। ਉਹਨੂੰ ਖਜ਼ਾਨਾ ਭਰਿਆ ਕਿੱਦਾਂ ਜਾਣਾ? ਹੁਣ ਇਹ ਵੀ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਪੰਜਾਬ ਕਿੰਨੇ ਟੈਕਸਿਸ ਮਿਲਦੇ ਆ, ਕਿੰਨਾ ਕੁਛ ਅਸੀਂ ਜਿਹੜੀ ਚਾਹ ਤੱਕਰ ਖਰੀਦਦੇ ਹਾਂ, ਪਾਣੀ ਤੱਕਰ ਪੀਂਦੇ ਹਾਂ, ਸੋਡਾ ਤੱਕਰ ਪੀਂਦੇ ਹਾਂ, ਸੜਕਾਂ ਉੱਪਰ ਜਾਂਦੇ ਹਾਂ, ਇੰਨੇ ਟੈਕਸ ਇਹਨਾਂ ਕੋਲ ਜਾ ਰਹੇ ਆ। ਸਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਇਹ ਮਾਈਨਿੰਗ ਦਾ ਮਾਫੀਆ ਚੱਲਦਾ ਸੀ, ਉਹ ਜਿਹੜਾ ਪੈਸਾ ਕੁਛ ਹੱਥਾਂ 'ਚ ਜਾਂਦਾ ਸੀ, ਅਗਰ ਉਹਨੂੰ ਚੈਨਲਾਈਜ਼ ਕੀਤਾ ਜਾਏ, ਸਰਕਾਰ ਉਹਦੇ 'ਤੇ ਆਪਣਾ ਟੈਕਸ ਲਗਾ ਲਵੇ, ਉਹਦੇ 'ਚੋਂ ਸਰਕਾਰ ਦੀ ਪਰਚੀ ਕੱਟੀ ਜਾਵੇ, ਉਹ ਮਾਫੀਆ ਬੰਦ ਕੀਤਾ ਜਾਏ, ਕਿਉਂਕਿ ਰੇਤਾ ਬਜਰੀ ਸਾਰਿਆਂ ਨੂੰ ਚਾਹੀਦੀ ਪੰਜਾਬ 'ਚ, ਚੰਡੀਗੜ੍ਹ ਵੀ ਉੱਥੋਂ ਹੀ ਆਉਂਦੀ ਹੈ। ਅਗਰ ਉਸ ਚੀਜ਼ ਨੂੰ ਕੰਟਰੋਲ ਅਸੀਂ ਕਰ ਸਕੇ ਤਾਂ ਉੱਥੋਂ ਦੀ ਇੱਕ ਅੱਛਾ ਖਾਸਾ ਰੈਵਨਿਊ ਜਨਰੇਟ ਹੋ ਸਕੇ। ਰੈਵਨਿਊ ਤੇ ਪੰਜਾਬ ਕੋਲ ਘਾਟਾ ਥੋੜੀ ਹੈ, ਪ੍ਰੋਬਲਮ ਇਹ ਕਿ ਉਸ ਰੈਵਨਿਊ ਦਾ ਯੂਜ਼ ਕਿੱਦਾਂ ਹੋ। ਸੈਕਿੰਡ ਇਜ਼ ਦੀ ਟਰਾਂਸਪੋਰਟ ਜਿਹੜੀ ਪ੍ਰਾਈਵੇਟ ਹੱਥਾਂ 'ਚ ਚੱਲ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਬਿਲਕੁਲ, ਇੰਨੀਆਂ ਹਜ਼ਾਰਾਂ ਬੱਸਾਂ ਕਿਸੇ ਇੱਕ ਬੰਦੇ ਦੀਆਂ ਚੱਲਣ ਤੇ ਸਰਕਾਰ ਦੀ ਜਿਹੜੀ ਟਰਾਂਸਪੋਰਟ ਆ ਉਹ ਘਾਟੇ 'ਚ ਜਾਵੇ, ਇਹ ਤਾਂ ਨਲਾਇਕੀ ਹੈ ਸਰਕਾਰ ਦੀ। ਪਰ ਗੱਲ ਸਰ ਇੱਕ ਹੋਰ ਹੈਗੀ ਹੈ ਨਾ, ਤੁਸੀਂ ਮੈਂ ਉੱਥੇ ਜਨਰੇਟ ਹੋਣਾ ਪੈਸਾ ਜੇ ਹੁਣ ਅਸੀਂ ਫ੍ਰੀ ਕੀਤਾ ਹੋਇਆ ਸੀ ਲੇਡੀਜ਼ ਨੂੰ, ਹੁਣ ਦੂਸਰੀ ਸਰਕਾਰ ਆਈ ਹੈ ਸ਼ਾਇਦ ਉਹ ਕਹਿ ਰਹੇ ਵੀ ਨਹੀਂ ਜੀ ਫ੍ਰੀ ਨਹੀਂ ਹੈ, ਪਰ ਇਹਨਾਂ ਨੇ 1000-2000 ਰੁਪਏ ਉੱਦਾਂ ਦੇਣਾ ਲੇਡੀਜ਼ ਨੂੰ। ਬਿਜਲੀ ਦੇ ਬਿੱਲ ਇਹਨਾਂ ਨੇ ਫ੍ਰੀ ਕੀਤੇ ਹੋਏ ਆ, 300 ਯੂਨਿਟ ਤੱਕ ਸਾਰਿਆਂ ਨੂੰ ਫ੍ਰੀ ਕਹਿੰਦੇ ਜੀ, ਜਿਹੜਾ ਮਰਜ਼ੀ ਹੋਵੇ। ਉਹ ਇਹੋ ਸਮੱਸਿਆ ਪਤਾ ਕੀ ਖੜੀ ਹੋਈ ਹੈ ਕਿ ਭਗਵੰਤ ਮਾਨ ਠੀਕ ਹੈ, ਉਹਨੂੰ 10-12 ਸਾਲ ਪੋਲੀਟਿਕਸ 'ਚ ਆਏ ਹੋ ਗਏ ਹੈ, ਉਹ ਮੁੱਖ ਮੰਤਰੀ ਵੀ ਬਣ ਜਾਏਗਾ ਅੱਜ ਕੱਲ੍ਹ ਦੇ ਵਿੱਚ। ਤਾਂ ਪ੍ਰੋਬਲਮ ਇਹ ਹੈ ਕਿ ਹੋਰ ਅਸੀਂ ਇਹਦੇ ਵਿੱਚ ਜਿਹੜਾ ਇੱਕ ਸੰਗਠਨ, ਜਿਹੜੇ ਇੱਕ ਕੰਮ ਕਰਨ ਵਾਲੇ ਬੰਦੇ ਆ, ਅਸੀਂ ਮਤਲਬ ਕਿੱਦਾਂ, ਮਤਲਬ ਕੌਣ ਸਾਡਾ ਖਜ਼ਾਨਾ ਮੰਤਰੀ ਕੌਣ ਹੋਏਗਾ, ਸਾਡਾ ਗ੍ਰਹਿ ਮੰਤਰੀ ਕੌਣ ਹੋਏਗਾ? ਦੇ ਹੈਵ ਟੂ ਡਿਸਾਈਡ। ਉਹਨਾਂ ਨੂੰ ਹੀ ਪਤਾ ਵੀ ਹੁਣ ਕਿਸੇ ਦੀ ਬੈਕਗ੍ਰਾਉਂਡ ਕੀ ਹੈ। ਜਿਹੜਾ ਹੁਣ ਕੋਈ ਇੱਕ ਛੋਟੀ ਮੋਟੀ ਕੋਈ ਦੁਕਾਨ ਚਲਾਉਂਦਾ ਸੀ, ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਨਹੀਂ ਹੈ। ਹੀ ਹੈਜ਼ ਟੂ ਲਰਨ, ਔਰ ਲਰਨ ਕਰਦੇ ਕਰਦੇ ਦੇ ਵਿੱਚ ਹੀ ਕਿੰਨੇ ਸਾਲ ਨਿਕਲ ਗਏ, ਸਾਡਾ ਕੰਮ ਹੀ ਖਰਾਬ ਹੋ ਗਿਆ ਤਾਂ ਫਿਰ ਇਹ ਨਾ ਹੋ ਜਾਏ ਕਿਤੇ। ਦੇਖੋ ਜਿਹੜੀ ਮੈਂ ਕੁਛ ਤਾਂ ਬੈਕਗ੍ਰਾਉਂਡ ਤੁਹਾਨੂੰ ਕੁਆਲਿਟੀ ਕੁਆਲੀਫਿਕੇਸ਼ਨ ਕੁਛ ਤਾਂ ਚਾਹੀਦੀ ਹੁੰਦੀ ਹੈ ਟੂ ਰਨ ਐਨੀਥਿੰਗ, ਔਰ ਚਲਾਉਣੀ ਹੈ। ਇੰਨਾ ਚੇਂਜ, ਇੰਨੀ ਛੇਤੀ ਲਿਆਉਣਾ ਸਾਰੇ ਸਿਸਟਮ ਦੇ ਵਿੱਚ, ਇੰਨਾ ਸੌਖਾ ਕੰਮ ਨਹੀਂ ਹੈ ਰੀਡੀ ਸਰ, ਕਿ ਬਈ ਤੁਸੀਂ ਰਾਤੋਂ ਰਾਤ ਹੋ ਜਾਏਗਾ, ਪਤਾ ਨਹੀਂ ਕੀ ਹੋ ਜਾਏਗਾ, ਏਦਾਂ ਕੁਛ ਨਹੀਂ ਹੋਣਾ। ਏਦਾਂ ਦਾ ਕੁਛ ਨਹੀਂ ਹੋਣਾ, ਪਰ ਐਟਲੀਸਟ ਚੰਗੇ ਵੱਲ ਨੂੰ ਅਸੀਂ ਸੋਚ ਕੇ ਚੱਲੀਏ ਤਾਂ ਉਹ ਤੇ ਚੱਲੇ ਹੀ ਆ। ਇਸੇ ਕਰਕੇ ਤੁਸੀਂ ਦੇਖੋ ਨਾ, 117 ਵਿੱਚੋਂ 92 ਸੀਟਾਂ ਇਹਨਾਂ ਨੂੰ ਦੇ ਦਿੱਤੀਆਂ ਗਈਆਂ। ਐਵਰੀ ਪਰਸਨ ਵਾਂਟ ਦਿਸ ਇਨ ਦੀ ਪੰਜਾਬ, ਕਿ ਭਾਈ ਇਹਨਾਂ ਨੂੰ ਅਸੀਂ ਹੁਣ ਬਹੁਤ ਤੰਗ ਆ ਗਏ ਹਾਂ। ਇਹ ਦੇਖੋ ਕਿਸੇ ਨੇ ਵੀ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ ਕੀਤੀ, ਆਪਸ 'ਚ ਇੱਕ ਦੂਜੇ ਨੂੰ ਗਾਲਾਂ ਕੱਢੀ। ਇਹ ਤੇ ਦੋਨੋਂ ਆਪਸ 'ਚ ਲੜਦੇ ਰਹੇ ਆ, ਉਹਨੂੰ ਬੋਲੀ ਜਾਂਦਾ, ਉਹਨੂੰ ਬੋਲੀ ਜਾਂਦਾ ਵੀ ਤੁਸੀਂ ਕਰਨਾ ਕੀ ਹੈ ਸਰਕਾਰ ਨੇ, ਵੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਵੋਟ ਕਿਉਂ ਪਾਈ ਅਸੀਂ, ਵੀ ਵਾਈ ਵੀ ਸ਼ੁੱਡ ਵੋਟ, ਉਹ ਕਿਸੇ ਕੋਲ ਰੀਜ਼ਨ ਨਹੀਂ ਹੈ ਵੀ ਕਿਉਂ ਪਾਈ ਹੈ ਤੁਹਾਨੂੰ। ਪਰ ਤੁਹਾਨੂੰ ਲੱਗਦਾ ਕਿ 5 ਸਾਲਾਂ ਦੇ ਵਿੱਚ ਹੀ ਮਤਲਬ ਇਹ ਨਵੀਂ ਸਰਕਾਰ ਜਿਹੜੀ ਹੈ ਇਹ ਸਾਡੇ ਨੌਜਵਾਨੀ ਨੂੰ ਬਾਹਰ ਜਾਣ ਤੋਂ ਰੋਕ ਲਏਗੀ, ਉਹਨਾਂ ਵਾਸਤੇ ਰੋਜ਼ਗਾਰ ਪੈਦਾ ਕਰ ਦੇਗੀ, ਕਹੇਗੀ ਵੀ ਤੁਸੀਂ ਕੈਨੇਡਾ ਜਾਂ ਅਮੈਰੀਕਾ ਆਸਟ੍ਰੇਲੀਆ ਨਾ ਜਾਓ, ਇੱਦਾਂ ਕਿੱਦਾਂ ਹੋਏਗਾ ਸਰ? ਇਹ ਨਹੀਂ ਹੋ ਸਕਦਾ, ਹੈ ਤਾਂ ਨਹੀਂ ਹੋਣਾ। ਪਰ ਜਿਹੜੇ ਇੱਥੇ ਹੈਗੇ ਐਟਲੀਸਟ ਉਹਨਾਂ ਵਾਸਤੇ ਕੁਛ ਮਾਹੌਲ ਠੀਕ ਹੋ ਜਾਏ, ਈਜ਼ ਆਊਟ ਹੋ ਜਾਏ, ਜਿਹੜੀ ਜਿਹੜੀ ਚੀਜ਼ਾਂ ਤੋਂ ਅਸੀਂ ਤੰਗ ਆ ਪੰਜਾਬ ਦੇ ਵਿੱਚ, ਉਹ ਚੀਜ਼ਾਂ ਹੋ ਜਾਣ। ਹੁਣ ਤੁਸੀਂ ਸਾਰੀ ਪੁਲਿਸ, ਸਾਨੂੰ ਪੰਜਾਬ ਦੇ ਵਿੱਚ ਟ੍ਰੈਫਿਕ ਪੁਲਿਸ ਨਹੀਂ ਦਿਖਦੀ ਕਿਤੇ ਵੀ, ਕਿਉਂ ਨਹੀਂ ਦਿਖਦੀ? ਕਿਉਂਕਿ ਮੰਤਰੀਆਂ ਦੇ ਨਾਲ ਲਗਾਈ ਰੱਖਦੇ ਉਹਨਾਂ ਨੂੰ,
ਚੰਡੀਗੜ੍ਹ ਛੋਟਾ ਜਿਹਾ ਚੰਡੀਗੜ੍ਹ ਹੈ, ਚੰਡੀਗੜ੍ਹ ਦੇ ਵਿੱਚ ਪੰਜਾਬ 'ਚੋਂ ਗੱਡੀ ਆਉਣ ਸਾਰ ਸਾਰੇ ਅਲਰਟ ਹੋ ਜਾਂਦੇ ਵੀ ਇੱਥੇ ਚਲਾਨ ਹੋ ਜਾਣਾ, ਉੱਥੇ ਰੈੱਡ ਲਾਈਟ ਵੀ ਜੰਪ ਕਰੀ ਜਾਂਦੇ ਕਿਉਂ ਪਤਾ ਵੀ ਮੇਰੇ ਅੱਗੇ ਉੱਥੇ ਪੁਲਿਸ ਵਾਲਾ ਕੋਈ ਖੜਾ ਹੀ ਨਹੀਂ, ਮੇਰੀ ਚਲਾਨ ਦੀ ਪਰਚੀ ਕੱਟੀ ਨਹੀਂ ਜਾਣੀ, ਜੇ ਕੱਟੀ ਵੀ ਜਾਂਦੀ ਹੈ ਮੈਂ MLA ਸਾਹਿਬ ਨੂੰ ਫੋਨ ਕਰਨਾ, MLA ਸਾਹਿਬ ਨੇ ਕਹਿਣਾ ਵੀ ਛੱਡ ਦਿਓ ਭਾਈ, ਉਹਨਾਂ ਨੇ ਛੱਡ ਦੇਣਾ। ਇੱਕ ਗੱਲ ਹੋਰ ਹੈ ਦੀਪਕ ਸਰ, ਕਿ ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਡਾ ਇਹਦਾ ਆਪ ਪਾਰਟੀ ਦਾ ਕਨਵੀਨਰ ਹੈ, ਹੈੱਡ ਹੈ ਆਪਣਾ ਕੇਜਰੀਵਾਲ ਸਾਹਿਬ, ਉਹ ਇੰਟਰਫੇਅਰ ਨਹੀਂ ਕਰੇਗਾ ਸਾਡੀ ਪੰਜਾਬ ਦੀ ਗਵਰਨਮੈਂਟ ਕਰੇਗਾ ਨਾ ਕੰਪਲੀਟਲੀ ਨਹੀਂ ਇੰਟਰਫੇਅਰ ਨਹੀਂ ਕਰੇਗਾ, ਰਾਦਰ ਹੀ ਵਿਲ ਕੰਟਰੋਲ ਉਹ ਕੰਟਰੋਲ ਕਰਨਗੇ ਆਲ ਐਡਮਿਨਿਸਟ੍ਰੇਸ਼ਨ। ਦੇਖੋ ਦਿੱਲੀ ਪੂਰਾ ਉਹਨਾਂ ਨੇ ਕੰਟਰੋਲ ਕੀਤਾ ਸੀ, ਹੁਣ ਉਹਦੀਆਂ ਜੋ ਦੇਖੋ ਫ੍ਰੀ ਵਾਲੀ ਚੀਜ਼ਾਂ ਮੇਰੇ ਹਿਸਾਬ ਨਾਲ ਹਮੇਸ਼ਾ ਇਨ ਦੀ ਲੌਂਗ ਰਨ ਖਰਾਬ ਰਹਿੰਦੀ ਫੋਰ ਦੀ ਸਟੇਟ ਐਂਡ ਫੋਰ ਦੀ ਪਰਸਨ। ਇਹ ਤੇ ਬਹੁਤ ਵੱਡੀ ਗੱਲ ਹੋ ਅੰਗਰੇਜ਼ੀ ਜਿਹੜੀ ਕਹਾਵਤ ਹੈ ਕਿ ਦਵਾਂਗੇ ਜੀ ਤੁਸੀਂ ਫ੍ਰੀ ਦੀ ਆਦਤ ਪੈ ਜਾਂਦਾ, ਅਸੀਂ ਦੋ ਪੈਸੇ ਨਹੀਂ ਲਾ ਕੇ ਰਾਜੀ ਹੁੰਦੇ। ਹੁਣ ਇਹਨਾਂ ਨੇ ਫ੍ਰੀ ਫ੍ਰੀ ਕਰਕੇ ਬਿਜਲੀ ਦੇ ਵੀ ਕਰ ਦਿੱਤਾ, ਜੇ ਉਹ ਵੀ ਕਰ ਦਿੱਤਾ, ਮੈਨੂੰ ਇੱਕ ਗੱਲ ਹੋਰ ਵੀ ਸਮਝ ਆਉਂਦੀ ਓਨਲੀ ਦੇ ਨੋ, ਇੱਕ ਗੱਲ ਮੈਨੂੰ ਸਮਝ ਨਹੀਂ ਆਈ ਹੈ ਕੇਜਰੀਵਾਲ ਐਂਡ ਪਾਰਟੀ ਦੀ, ਕਿ ਪੰਜਾਬ 'ਚ ਨਸ਼ਾ ਕਿੱਦਾਂ ਖਤਮ ਕਰਨਗੇ ਜਦੋਂ ਦਿੱਲੀ 'ਚ ਇਹਨਾਂ ਨੇ ਹਰ ਕੋਨੇ ਦੇ ਉੱਪਰ ਆਪਣੇ ਠੇਕੇ ਖੋਲ ਦਿੱਤੇ। ਐਂਡ ਦੈਟ ਟੂ ਐਟ ਅ ਵੈਰੀ ਨੋਮੀਨਲ ਰੇਟਸ, ਨੋਮੀਨਲ ਰੇਟਸ ਬਹੁਤ ਜ਼ਿਆਦਾ ਉਹਨਾਂ ਨੇ ਗੁੜਗਾਉਂ ਨਾਲ ਕੰਪੀਟੀਸ਼ਨ ਕਰਦੇ ਨਾ, ਰੇਟਸ ਉੱਥੇ ਗਿਰਾ ਦਿੱਤੇ ਬਹੁਤ ਜ਼ਿਆਦਾ ਔਰ ਜਗ੍ਹਾ ਜਗ੍ਹਾ ਖੋਲ ਦਿੱਤੇ ਆ। ਇਹ ਤਾਂ ਮਤਲਬ ਇਹ ਹੋਇਆ ਕਿ ਅਸੀਂ ਅਗਰ ਬਹੁਤੇ ਸੁਪਨੇ ਲੈਣਾ ਸ਼ੁਰੂ ਕਰ ਦਈਏ ਕਿ ਆਪ ਆ ਗਈਏ ਤੇ ਸਾਡਾ ਪੰਜਾਬ ਦਾ ਬੜਾ ਮਤਲਬ ਬੜਾ ਕੁਛ ਅਚਾਨਕ ਬੜਾ ਚੇਂਜ ਆ ਜਾਣਾ, ਤੇ ਇੱਦਾਂ ਉਮੀਦ ਮਤਲਬ ਕਿੱਦਾਂ ਚੇਂਜ? ਸਿਰਫ ਫੇਸਿਸ 'ਚ ਚੇਂਜ ਆਏਗਾ, ਹੋ ਸਕਦਾ ਆਈਡੀਓਲੋਜੀ ਥੋੜ੍ਹਾ ਥੋੜ੍ਹਾ ਚੇਂਜ ਆਵੇ, ਐਂਡ ਦੇ ਹੈਵ ਟੂ ਸ਼ੋਅ ਇਟ ਕਿ ਇਹ ਕੁਛ ਕਰ ਰਹੇ ਹੈ ਤਾਂ ਕਿ ਸਾਨੂੰ ਕੌਨਫੀਡੈਂਸ ਬਣਦਾ ਚਲਾ ਜਾਏ। ਜੇ ਇਹਨਾਂ ਨੇ ਵੀ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰਤਾ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਜੇ ਉਹਨਾਂ ਨੂੰ ਹਵਾਈ ਜਹਾਜ਼ ਦਿੱਤਾ ਚਲੋ ਉੱਥੇ ਚਲੇ ਗਏ, ਇੱਥੋਂ ਚੱਕੇ ਉੱਥੇ ਚਲੇ ਗਏ, ਤਾਂ ਸਾਰਾ ਸਟੇਟ ਦਾ ਹੀ ਖਰਚਾ ਹੋ ਰਿਹਾ ਨਾ। ਪੈਸਾ ਤਾਂ ਅਸੀਂ ਦਿੱਤਾ ਹੋਇਆ, ਟੈਕਸ ਅਸੀਂ ਦਿੱਤੇ ਹੋਏ ਨੇ, ਉਹਦੇ 'ਤੇ ਖਰਚੇ ਕਰਦੇ ਹਾਂ ਸਾਰੇ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ BJP ਹੈ, ਮਤਲਬ BJP ਜਿਸ ਤਰ੍ਹਾਂ ਮੈਂ ਦੱਸਿਆ ਕਿ ਬਾਕੀ ਚਾਰਾਂ ਸਟੇਟਾਂ 'ਚ ਤਿੰਨਾਂ ਦੇ ਵਿੱਚ ਉਹ ਵਾਪਸੀ ਕਰ ਰਹੀ ਹੈ, ਇੱਕ ਦੇ ਵਿੱਚ ਤੀਸਰੀ ਵਾਰੀ ਆ ਰਹੀ ਹੈ, ਔਰ UP ਦੇ ਵਿੱਚ ਤਾਂ ਕਮਾਲ ਹੀ ਕਰਦਾ ਉਹਨਾਂ ਨੇ। ਇਹਦਾ ਮਤਲਬ ਹੈ ਕਿ UP ਦੇ ਲੋਕ BJP ਨੂੰ ਕਿਉਂ ਵੋਟ ਪਾ ਰਹੇ ਹੈ? ਦੇਖੋ ਉੱਥੇ ਬਹੁਤ ਸਾਰੇ ਫੈਕਟਰਸ ਹੈ ਮੇਰੇ ਹਿਸਾਬ ਨਾਲ। ਇੱਕ ਤਾਂ ਜਿਹੜੀ ਗੁੰਡਾਗਰਦੀ ਉਹਨਾਂ ਨੇ ਘਟਾਈ ਹੈ, ਲੇਡੀਜ਼ ਲਈ ਸੇਫ ਹੋ ਗਿਆ ਉੱਥੇ ਬਾਹਰ ਨਿਕਲਣਾ। ਲੇਡੀਜ਼ ਨੇ ਓਪਨਲੀ TV 'ਤੇ ਆ ਕੇ ਬੋਲਿਆ ਕਿ ਨਾਓ ਵੀ ਫੀਲ ਕੰਫਰਟੇਬਲ, ਸਾਡਾ ਅਗਰ ਬੱਚਾ ਕੋਈ ਕੁੜੀ ਅਗਰ ਬਾਹਰ ਗਈ ਹੋਈ ਹੈ, ਸਾਨੂੰ ਇੱਦਾਂ ਟੈਨਸ਼ਨ ਨਹੀਂ ਹੁੰਦੀ ਕਿ ਕੋਈ ਉੱਥੇ ਹੋਲੀਗਿਜ਼ਮ ਹੋਊਗਾ, ਕੋਈ ਉਹਨੂੰ ਬੱਚੇ ਨੂੰ ਕੁਛ ਛੇੜੂਗਾ, ਉੱਥੇ ਰਾਤ ਨੂੰ ਹਨੇਰਾ ਪੈ ਗਿਆ ਤਾਂ ਕੋਈ ਸੇਫ ਹੈ ਕਿ ਨਹੀਂ, ਕੁੜੀ ਆ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਹੁੰਦੀ ਕਿ ਸਾਡੇ ਬੱਚੇ ਸੇਫ ਹੈ ਉੱਥੇ ਬਾਹਰ ਮਾਰਕੀਟ ਦੇ ਵਿੱਚ। ਸੈਕਿੰਡ, ਜਿਹੜਾ ਉੱਥੇ ਗੁੰਡਾਗਰਦੀ ਹੁੰਦੀ ਸੀ, ਤੁਹਾਡੇ ਘਰ ਲੁੱਟ ਲਏ ਜਾਂਦੇ ਸੀ, ਉਹ ਕਾਫੀ ਹੱਦ ਤੱਕ ਬੰਦ ਹੋਏ ਨੇ। ਹੁਣ ਗੁੰਡੇ ਡਰਦੇ ਆ ਪੁਲਿਸ ਤੋਂ, ਜਿਹੜਾ ਕਿ ਹੋਣਾ ਚਾਹੀਦਾ, ਪੁਲਿਸ ਦਾ ਦਬਕਾ ਹੋਣਾ ਚਾਹੀਦਾ ਕਿ ਹਾਂ ਵੀ ਬੰਦਾ ਡਰਦਾ, ਉੱਥੇ ਪੁਲਿਸ ਹੈਗੀ ਹੈ। ਅੱਗੇ ਉੱਥੇ ਨੈਕਸਸ ਇਕੱਠਾ ਚੱਲਦਾ ਸੀਗਾ ਐਂਡ ਦੇ ਵਰ ਇੰਜੋਇੰਗ। ਤੁਹਾਡੇ ਹਿਸਾਬ ਨਾਲ ਕਿ BJP ਮਤਲਬ ਚੰਗਾ ਕੰਮ ਕਰ ਰਹੀ ਹੈ, ਇਸ ਕਰਕੇ ਲੋਕਾਂ ਨੇ ਵੋਟ ਪਾਇਆ? ਬਿਲਕੁਲ, ਵਿਕਾਸ ਕੀਤਾ ਉਹਨਾਂ ਨੇ, ਕੰਮ ਕੀਤਾ, ਨਹੀਂ ਤਾਂ ਕੋਈ ਕਿਉਂ ਵੋਟ ਪਾਏਗਾ? ਅਗਰ ਮੈਨੂੰ ਤੁਸੀਂ ਸੈਟੀਸਫਾਈ ਕਰ ਪਾ ਰਹੇ ਹੋ, ਐਂਡ ਆਈ ਐਮ ਹੈਪੀ ਵੀ EVM ਦਾ ਖੇਲ ਹੈ, ਪਰਸਾਂ ਚੌਥੇ ਤੁਹਾਡੇ ਆਉਂਦੇ, ਫਿਰ EVM ਦਾ ਖੇਲ ਇੱਥੇ ਵੀ ਕਰ ਸਕਦੇ ਸੀ ਪੰਜਾਬ 'ਚ ਵੀ, ਜੇ ਚਾਰ ਸਟੇਟਾਂ 'ਚ ਜਿੱਤੇ ਨੇ ਤੇ ਪੰਜਾਬ ਉਹਨਾਂ ਨੂੰ ਕੀ ਮਾੜਾ ਲੱਗਦਾ ਸੀ, ਬੰਦੇ ਅਸੀਂ ਪੰਜਾਂ 'ਚ ਹੀ ਕਰ ਲੈਂਦੇ ਹਾਂ, ਇੱਥੋਂ ਵੀ ਆਪ ਕੱਢ ਦਿੰਦੇ, ਕਰ ਸਕਦੇ ਸੀ। ਇਹ ਗੱਲਾਂ ਸਿਰਫ ਕਹਿਣ ਦੀਆਂ ਹੁੰਦੀਆਂ, ਜਦ ਫਿਰ ਉਹ ਜਿੱਤ ਜਾਂਦੇ ਆ, ਮਤਲਬ ਦੂਸਰੀ ਪਾਰਟੀ ਕੋਈ ਵੀ, ਆਈ ਡੋਂਟ ਵਾਂਟ ਟੂ ਨੇਮ ਐਨੀ ਪਾਰਟੀ, ਵੀ ਕੋਈ ਪਾਰਟੀ ਅਗਰ ਹਾਰਦੀ ਤਾਂ ਕਹਿੰਦੀ ਸੀ EVM 'ਚ ਕਸੂਰ ਹੋ ਗਿਆ, ਦੂਜੀ ਜਗ੍ਹਾ 'ਤੇ ਉਹੀ ਜਿੱਤ ਜਾਂਦੀ ਉੱਥੇ ਕਹਿੰਦੀ ਉੱਥੇ EVM ਠੀਕ ਸੀਗਾ। ਇਹ ਤਾਂ ਕੋਈ ਗੱਲ ਨਹੀਂ ਹੁੰਦੀ, EVM ਜਿਹੜੇ ਬਣੇ ਨੇ ਉਹ ਨਿਗਰਾਨੀ ਦੇ ਵਿੱਚ ਰਹੇ ਨੇ, ਸਭ ਕੁਛ ਹੋਇਆ, ਜੇ ਕਿਸੇ ਨੂੰ ਹੈ ਤਾਂ ਪ੍ਰੂਵ ਕਰ ਲੈਣ, ਸਾਰੀ ਪਾਰਟੀਆਂ ਦੇ ਓਪਨ ਹੀ ਪਿਆ ਉੱਥੇ EVM ਤਾਂ। ਅੱਛਾ, ਇੱਕ ਗੱਲ ਹੋਰ ਦੱਸੋ ਕਿ ਹੁਣ ਅਸੀਂ ਥੋੜ੍ਹਾ ਜਿਹਾ ਦੂਸਰੇ ਥੋੜ੍ਹੇ ਜਿਹੇ ਹਲਕੇ ਲੈ ਜਿਹੇ ਦੀਆਂ ਗੱਲਾਂ ਕਰਦੇ ਹਾਂ, ਵੀ ਸਿੱਧੂ ਪੋਲੀਟਿਕਸ 'ਚ ਰਹੇਗਾ ਹੁਣ ਕਿ ਛੱਡ ਜਾਏਗਾ? ਮੇਰਾ ਖਿਆਲ ਹੈ ਹੀ ਸ਼ੁੱਡ ਕੁਇਟ, ਜੇ ਤਾਂ ਗੈਰ ਤਾਂ ਬੰਦ ਹੋਵੇਗਾ, ਇਹ ਤਾਂ ਛੱਡ ਜਾਣਾ ਚਾਹੀਦਾ। ਨਹੀਂ, ਇਦਾਂ ਹੋਣਾ, ਇੱਕ ਵਾਰੀ ਹਾਰ ਗਿਆ ਤੇ ਉਹ ਕਦੇ ਨਹੀਂ ਨਹੀਂ ਹਾਰਾਂ ਦੀ ਗੱਲ ਨਹੀਂ ਹੈ, ਤੁਹਾਡੀ ਜਿਹੜੀ ਮਤਲਬ ਇੱਕ ਅਪਰੋਚ ਹੋਣੀ ਚਾਹੀਦੀ ਹੈ ਨਾ, ਠੀਕ ਹੈ ਅਸੀਂ ਸਟੇਟ ਲਈ ਕੰਮ ਕਰ ਰਹੇ ਹਾਂ, ਬਟ ਨੋਟ ਦੈਟ ਅਗਰੈਸਿਵ ਕਿ ਅਸੀਂ ਨਾਲ ਵਾਲੇ ਨੂੰ ਬੰਦਾ ਹੀ ਨਾ ਸਮਝੀਏ, ਵੀ ਤੂੰ ਹੀ ਇੱਕ ਬੰਦਾ, ਵੀ ਮੈਂ ਬੰਦਾ ਹੀ ਨਹੀਂ, ਐ ਨਹੀਂ ਹੁੰਦਾ। ਸਾਰੇ ਦੇਸ਼ ਭਗਤ ਨੇ, ਸਾਰੇ ਸਟੇਟ ਵਾਸਤੇ ਕੰਮ ਕਰਨਾ ਚਾਹੁੰਦੇ ਆ, ਤੁਸੀਂ ਅਗਰ ਚਾਹੁੰਦੇ ਹੋ ਵੀ ਓਨੈਸਟੀ ਹੋਣੀ ਚਾਹੀਦੀ, ਅਸੀਂ ਵੀ ਉਹੀ ਚਾਹੁੰਦੇ ਹਾਂ ਓਨੈਸਟੀ ਹੋਣੀ ਚਾਹੀਦੀ, ਪਰ ਉਹ ਇਸ ਤਰ੍ਹਾਂ ਨਹੀਂ ਨਾ ਵੀ ਜਿਹੜੇ ਨਾਲ ਆ ਤੁਸੀਂ ਪਹਿਲਾਂ ਉਹਨਾਂ ਨੂੰ ਕਰੋ ਤੇ ਆ ਤੁਸੀਂ ਚੀਫ ਮਿਨਿਸਟਰ ਬਣਨਾ ਚਾਹੋ, ਫਿਰ ਉਹ ਕਾਹਦੀ ਓਨੈਸਟੀ ਹੋਈ? ਤੁਸੀਂ ਕਹੋ ਮੈਂ ਵਰਕਰ ਬਣ ਕੇ ਰਹਿਣਾ, ਤੁਹਾਡਾ ਵੀ ਟਾਰਗੇਟ ਇਹੋ ਹੀ ਹੈ ਨਾ ਕਿ ਤੁਸੀਂ ਫਾਈਨਲੀ ਤੁਸੀਂ ਵੀ ਇਹੋ ਚਾਹੁੰਦੇ ਹੋ, ਤੁਸੀਂ CM ਬਣਨਾ ਚਾਹੁੰਦੇ ਹੋ, ਤੁਸੀਂ ਐਕਟਿਵਿਸਟ ਬਣ ਕੇ ਇੱਕ ਕੰਮ ਕਰੋ ਉੱਥੇ ਸਟੇਟ ਵਾਸਤੇ, ਅਗਰ ਕਰਨਾ ਕੋਈ ਮੈਨੂੰ ਜਿਹੜੀ ਡਿਊਟੀ ਦੇਣੀ ਹੁੰਦੀ ਉਹ ਮੈਂ ਕੰਮ ਕਰਨਾ।
ਫਿਰ ਤਾਂ ਤੁਹਾਡੀ ਵੀ ਓਨੈਸਟੀ ਲਿਖਦੀ ਹੈ। ਮੋਰਲ ਰਿਸਪੋਨਸਿਬਿਲਟੀ ਲੈਣੀ ਚਾਹੀਦੀ ਜੀ, ਬੀਇੰਗ ਦਾ ਪ੍ਰੈਜ਼ੀਡੈਂਟ ਆਫ ਕਾਂਗਰਸ, ਪ੍ਰਦੇਸ਼ ਕਾਂਗਰਸ। ਉਹ ਤਾਂ ਹੁਣ ਉਹਨਾਂ ਨੇ ਅੱਛਾ ਇੱਕ ਗੱਲ ਹੋਰ ਦੱਸੋ, ਜਿੱਦਾਂ ਕਾਂਗਰਸ ਤੇ ਆਪਣੀ ਮਤਲਬ ਜਿਹੜੀ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਹੈ ਉਹਦੀ ਵਜ੍ਹਾ ਨਾਲ ਘਾਟੇ ਚੱਲ ਰਹੀ ਹੈ, ਜਿਹੜੀ ਸਾਡੀ ਪੰਜਾਬ ਦੀ ਲੋਕਲ ਪਾਰਟੀ ਹੈ ਜਿਹੜੀ ਕਿ 10 ਸਾਲ ਰਾਜ ਕਰਨ ਤੋਂ ਬਾਅਦ 15 ਸਾਲਾਂ ਬਾਅਦ ਜਦੋਂ ਇਲੈਕਸ਼ਨ ਲੜਨ ਆਉਂਦੀ ਹੈ ਤੇ ਅਗਲੇ ਤਿੰਨਾਂ ਦੇ ਵਿੱਚ ਉਹਨਾਂ ਨੂੰ ਬਣਾ ਕੇ ਰੱਖਤਾ, ਨਾ ਉਹ 3 ਚ ਰਹੇ ਨਾ 13 ਚ ਰਹੇ। ਇੱਥੇ ਵੀ ਤਾਂ ਪਰਿਵਾਰਵਾਦ ਹੀ ਚੱਲ ਰਿਹਾ ਨਾ, ਅਗਰ ਸੁਖਬੀਰ ਬਾਦਲ ਜਦ ਤੱਕ ਇਹਦਾ ਪ੍ਰਧਾਨ ਹੈਗਾ ਤੇ ਪਰਿਵਾਰਵਾਦ ਖਤਮ ਹੋ ਰਿਹਾ ਔਰ ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਹਾਇਰਾਰਕੀ ਬੀਜੇਪੀ ਦੀ ਅੱਛੀ ਹੈ ਕਿ ਉਹ ਥੱਲੋਂ ਦੀ ਪੂਰਾ ਉੱਪਰ ਕੰਮ ਕਰਕੇ ਬੰਦਾ ਪਹੁੰਚਦਾ, ਐਦਾਂ ਨਹੀਂ ਆਉਂਦਾ ਉਹੀ ਆਪਾਂ ਬੋਲ ਮੇਰਾ ਕਿੱਤਾ ਹੈ ਜਿਹੜਾ ਲਾ ਦੋ ਤੁਸੀਂ। ਹਾਂ ਮਨੋਹਰ ਪਰਿਕਰ ਦੇ ਮੁੰਡੇ ਨੂੰ ਨਹੀਂ ਕਿੱਤਾ, ਨਹੀਂ ਲਾਈ ਉਹਨਾਂ, ਨਹੀਂ ਲਾਈ, ਉਹ ਹਾਰ ਗਿਆ, ਇਲੈਕਸ਼ਨ ਹਾਰ ਗਿਆ, ਹਾਰ ਗਿਆ, ਇੰਡੀਪੈਂਡੈਂਟ ਲੜ ਰਿਹਾ ਉਹ। ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਮਨੋਹਰ ਪਰਿਕਰ ਦੇ ਉਹਨੇ ਅੱਛਾ ਕੰਮ ਕੀਤਾ ਹੈ ਤੇ ਉਹਦੇ ਮੁੰਡੇ ਨੂੰ ਵੀ ਤੁਸੀਂ ਐਵੇਂ ਬਣਾ ਦਿਓ, ਹਨਾ। ਮੈਨੂੰ ਲੱਗਦਾ ਜਿੱਦਾਂ ਇਹ ਅਖਿਲੇਸ਼ ਯਾਦਵ ਐਂਡ ਪਾਰਟੀ, ਉਹਨਾਂ ਦੇ ਵੀ ਉਹੀ ਕਾਰਨ ਹੈ ਕਿ ਜਿਹੜੇ ਹੁਣ ਦੇਖੋ ਜਿਹੜੇ ਜਿਹੜੇ ਨੇਤਾ ਸਾਡੇ ਮੁਲਾਇਮ ਯਾਦਵ ਸੀਗਾ ਜਾਂ ਲਾਲੂ ਪ੍ਰਸ਼ਾਦ ਯਾਦਵ ਹੈ, ਤੁਸੀਂ ਕੀ ਤੁਸੀਂ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਪੈਦਾ ਹੋਏ ਤੇ ਉਹ ਪੈਦਾਇਸ਼ੀ ਨੇਤਾ ਹੋ ਗਏ? ਹਾਂ ਬਸ ਉਹ ਦੇ ਆਰ ਟੇਕਿੰਗ ਐਡਵਾਂਟੇਜ ਆਫ ਦੈਟ। ਪੈਸੇ ਔਰ ਸ਼ਰਾਬ ਦੇ ਪਿੱਛੇ ਵੋਟ ਨਹੀਂ ਆਪਣੀ ਪਾਣੀ ਚਾਹੀਦੀ, ਔਰ ਇਸ ਵਾਰੀ ਸ਼ਾਇਦ ਉਹ ਚੀਜ਼ਾਂ ਨਹੀਂ ਹੋਈਆਂ। ਔਰ ਅੱਛਾ ਹੈ ਨਾ, ਹੁਣ ਜਿਹੜੀ ਅਨਪੜ੍ਹ ਤਾਂ ਪਹਿਲੇ ਸੀ ਜਿੰਨੀ ਪਰਸੈਂਟੇਜ ਉਹ ਘਟਦੀ ਜਾ ਰਹੀ ਹੈ ਡੇ ਬਾਈ ਡੇ, ਜਿਹੜੇ ਵੋਟਰ ਹੈਗੇ 70% ਪੜ੍ਹੇ ਲਿਖੇ ਵੋਟਰ ਹੈਗੇ। ਕੋਈ ਵਿਕਾਸ ਦੀ ਗੱਲ ਕਰਦਾ ਹੋਏ, ਕੋਈ ਜਿਹੜੇ ਸਾਡੇ ਮੁੱਦੇ ਉਹਨਾਂ ਦੇ ਗੱਲ ਕਰੇ, ਆਪਸ ਤੁਸੀਂ ਆਪਣੀ ਲੈਗ ਪੁਲਿੰਗ ਕਰੀ ਜਾਂਦੇ ਹੋ, ਦੈਟਸ ਆਫ ਨੋ ਯੂਸ। ਹੁਣ ਗੱਲ ਇਹ ਹੈ ਸਰ ਕਿ ਜੇ ਹੁਣ ਸਰਕਾਰ ਮਤਲਬ ਠੀਕ ਹੈ, ਆਪਣਾ ਭਗਵੰਤ ਮਾਨ ਸਰਕਾਰ ਬਣਾ ਰਿਹਾ ਹੈ, ਬੜੇ ਨਵੀਂ ਜਿੱਦਾਂ ਕੋਈ ਪਾਦਰੀ ਬਣਦਾ ਹੈ ਜਾਂ ਗੁਰਦੁਆਰੇ ਦਾ ਭਾਈ ਜਾਂ ਮੰਦਰ ਦਾ ਪੁਜਾਰੀ ਬਣਦਾ ਤੇ ਉਹ ਬੜਾ ਜੋਸ਼ੋ ਖਰੋਸ਼ ਦਿਖਾਉਂਦਾ ਹੀ ਹੈ, ਪਰ ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਪੰਜਾਬ ਦੇ ਹਾਲਾਤ ਬਣੇ ਹੋਏ ਆ ਨਾ, ਬੇਰੁਜ਼ਗਾਰੀ, ਨਸ਼ਾ, ਜਿਹੜੇ ਆ ਬ੍ਰੇਨ ਡਰੇਨ ਹੋ ਰਿਹਾ, ਮਤਲਬ ਜਿਹੜੇ ਬੱਚੇ ਸਾਡੇ ਬਾਹਰ ਪੜ੍ਹਨ ਜਾ ਰਹੇ ਆ, ਇਹਨਾਂ ਕੋਲ ਕੋਈ ਮਾਸਟਰ ਪਲਾਨ, ਕੋਈ ਇਸ ਤਰ੍ਹਾਂ ਦੇ ਪਲਾਨ ਇਹਨਾਂ ਨੇ ਦੱਸੇ ਹੈ? ਨਹੀਂ ਕੁਛ ਨਹੀਂ ਦੱਸਿਆ, ਸਵਾਏ ਇਹਨਾਂ ਨੇ ਮਤਲਬ ਮੁਫਤ ਸਹੂਲਤਾਂ ਦੇਣ ਤੋਂ ਇਲਾਵਾ ਕੋਈ ਹੋਰ ਦੱਸਿਆ ਵੀ ਅਸੀਂ ਇਹ ਕਰਾਂਗੇ? ਅਸੀਂ ਸਾਨੂੰ ਨਹੀਂ ਹਲੇ ਤੱਕ ਕੋਈ ਪਲਾਨ ਇਹਨਾਂ ਨੇ ਡਿਸਕਲੋਜ਼ ਕੀਤੇ, ਆਮ ਜਨਤਾ ਨੂੰ ਕੁਛ ਨਹੀਂ ਪਤਾ ਕਿੱਦਾਂ ਉਹ ਕੰਮ ਕਰਨਗੇ। ਨਹੀਂ ਇਵਨ ਜਿਹੜੇ ਵਾਅਦੇ ਕੀਤੇ ਆ ਉਹਨਾਂ ਕੋਲ ਵੀ ਪਤਾ ਨਹੀਂ ਇਹ ਚੀਜ਼ ਹੈ ਕਿ ਨਹੀਂ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹਦੇ ਵਿੱਚ ਤੇ ਕੋਈ ਡਿਸਕਸ਼ਨ ਨਹੀਂ ਹੋਇਆ ਵੀ ਅਸੀਂ ਮੈਡੀਕਲ ਕਾਲਜ ਬਣਾਵਾਂਗੇ, ਅਸੀਂ ਉੱਥੇ ਦੇ ਇਹਨਾਂ ਨੇ ਮੁਫਤ ਵਿੱਚ ਵੀ ਤੁਹਾਨੂੰ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਮੁਫਤ ਵਾਲੀ ਸਕੀਮ ਹਮੇਸ਼ਾ ਲੌਂਗ ਰਨ 'ਚ ਫੇਲ ਹੀ ਹੁੰਦੀ, ਘਾਟੇ ਬਣ ਸਕਦਾ ਜੀ, ਉਹ ਸਟੇਟ ਵਾਸਤੇ ਵੀ ਘਾਟਾ, ਜਿਹਨੂੰ ਮਿਲ ਰਿਹਾ ਪਰਸਨਲੀ ਉਹਨੂੰ ਵੀ ਘਾਟਾ, ਉਹਦੀ ਆਦਤਾਂ ਖਰਾਬ ਹੋ ਜਾਂਦੀ ਬੰਦੇ ਦੀ ਕਿ ਮੈਨੂੰ ਅੱਜ 1000 ਰੁਪਈਆ ਮਿਲ ਰਿਹਾ, ਮੈਂ ਕੰਮ ਕਰਨਾ ਹੀ ਛੱਡ ਦੇਣਾ, ਜਿਹੜਾ ਮਾੜੀ ਮੋਟੀ ਮੈਂ ਕਿਰਤ ਕਰਦਾ ਜਾਂ ਕੰਮ ਕਰਦਾ ਮੈਂ ਉਹਨਾਂ ਵੀ ਛੱਡ ਦੇਣਾ, ਵੀ ਮੈਨੂੰ ਤਾਂ ਆਈ ਜਾਣਾ 1000 ਰੁਪਇਆ, ਮੇਰਾ ਰਾਸ਼ਨ ਚੱਲ ਜਾਣਾ। ਪਰ ਮੈਨੂੰ ਇੱਕ ਬੜਾ ਹਾਸਾ ਹੈ, ਅੱਜ ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜਾ ਕੁਛ ਚੱਲਦਾ ਨਾ, ਉਹ ਅੱਜ ਕੱਲ੍ਹ ਕੋਈ ਬੜੇ ਵੀਡੀਓ ਆ ਰਹੇ ਆ ਜਿੱਦਾਂ ਉਹਦਾ ਜਸਵਿੰਦਰ ਭੱਲਾ ਦਾ ਆ ਰਿਹਾ ਕਿ ਨਿਕੰਮੀ ਔਲਾਦ ਨਾ ਲੰਬੀ ਤੇ ਨਾ ਜਲਾਲਾਬਾਦ ਹੈ ਨਾ। ਪਰ ਮੈਨੂੰ ਲੱਗਦਾ ਵਿਚਾਰੇ ਜਿਸ ਤਰ੍ਹਾਂ ਸਾਡੇ ਕੈਪਟਨ ਸਾਹਿਬ ਹੈ ਜਾਂ ਬਾਦਲ ਸਾਹਿਬ, ਇਹਨਾਂ ਨਾਲ ਥੋੜ੍ਹੀ ਜਿਹੀ ਮਾੜੀ ਨਹੀਂ ਹੋਈ ਹੈ? ਮਤਲਬ ਦੇਖੋ ਲੋਕਾਂ ਨੇ ਇਹ ਸੋਚਿਆ ਹੋਣਾ ਵੀ ਹੁਣ ਜਿੱਦਾਂ ਬਾਦਲ ਸਾਹਿਬ ਦੀ ਉਮਰ ਇੰਨੀ ਹੋ ਗਈ ਵੀ ਇਹ ਹੁਣ ਸ਼ਾਇਦ ਇੰਨਾ ਉਸ ਇਲਾਕੇ ਦੇ ਵਿੱਚ ਕੰਮ ਨਹੀਂ ਕਰ ਸਕਣਗੇ, ਉਹਨਾਂ ਨੇ ਇਸ ਕਰਕੇ ਉਹਨਾਂ ਦੇ ਕੋਨਫੀਡੈਂਸ ਆਪਣਾ ਨਹੀਂ ਦਿਖਾਇਆ ਕਿਉਂਕਿ ਇੰਨੇ ਸਾਲਾਂ 'ਚੋਂ ਕਦੇ ਨਹੀਂ ਸੀ ਹਾਰੇ। ਹੁਣ ਵੀ ਉਹਨਾਂ ਨੂੰ ਇਲੈਕਸ਼ਨ ਲੜੀ ਵੀ ਹੈ, ਪਰ ਲੋਕਾਂ ਨੂੰ ਇਹ ਸੀਗਾ ਕਿ ਹੁਣ 95 ਈਅਰਸ ਓਲਡ ਬੰਦਾ ਆ ਕੇ ਕਿੰਨੀ ਕੁ ਦੇਰ ਕੰਮ ਕਰ ਸਕਦਾ ਹੈ। ਮੈਨੂੰ ਲੱਗਦਾ ਇਹ ਤਾਂ ਸੁਖਬੀਰ ਬਾਦਲ ਦਾ ਇੱਕ ਚਾਲ ਸੀਗੀ ਕਿ ਯਾਰ ਇਲੈਕਸ਼ਨ 'ਤੇ ਲੜੀ ਰਿਹਾ ਸਾਡੀ ਵਾਰੀ ਹੈ ਅਤੇ ਇੱਕ ਸੀ ਡੀ ਏ ਵੀ ਵਧਾ ਲਈਏ, ਜਦੋਂ ਕਿ ਬਾਦਲ ਸਾਹਿਬ ਸ਼ਾਇਦ ਨਹੀਂ ਲੜਨਾ ਚਾਹੁੰਦੇ ਸੀਗੇ, ਪਤਾ ਨਹੀਂ ਕਹਿ ਕੇ ਇਹ ਕੀਤਾ ਹੈ ਸਾਰਾ ਕੁਛ, ਔਰ ਉਹ ਆਪੇ ਵੀ ਹਾਰ ਗਏ ਸਾਰਾ। ਔਰ ਮਤਲਬ ਦੇਖੋ ਸਰ, ਗੱਲ ਇਹ ਹੁੰਦੀ ਹੈ ਵੀ ਸਟੇਟ ਘਾਟੇ 'ਚ ਜਾਣੀ ਕਿਉਂ ਸ਼ੁਰੂ ਹੋਈ, ਮੁੱਦਾ ਇੱਥੇ ਹੈ ਕਿ ਘਾਟੇ 'ਚ ਜਾਣੀ ਕਿਉਂ ਸ਼ੁਰੂ ਹੋਈ। ਜਦ ਮੈਂ ਟਰਾਂਸਪੋਰਟ 'ਤੇ ਵੀ ਪੂਰਾ ਕਬਜ਼ਾ ਕਰ ਲੂੰਗਾ, ਫਿਰ ਮੈਂ ਕੇਬਲ 'ਤੇ ਵੀ ਪੂਰਾ ਕਬਜ਼ਾ ਕਰ ਲੂੰਗਾ, ਜਿਹੜੀ ਫੈਕਟਰੀ ਅੱਛੀ ਦੇਖੇਗੀ ਮੈਂ ਉੱਥੇ ਵੀ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੂੰਗਾ। ਹੌਲੀ 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 ਉਹ ਕਨਫਾਈਨਡ ਟੂ ਫਿਊ ਹੈਂਡਸ ਰਹਿ ਜੇ ਅਗਰ ਚੀਜ਼, ਤਾਂ ਓਬਵੀਅਸਲੀ ਫਿਰ ਉਹ ਨੁਕਸਾਨ ਹੈ। ਅਗਰ ਸਟੇਟ ਦੀ ਟਰਾਂਸਪੋਰਟਿੰਗ ਠੀਕ ਚੱਲਦੀ ਰਹੇ ਉੱਥੋਂ ਬਹੁਤ ਅੱਛਾ ਰੈਵੀਨਿਊ ਜਨਰੇਟ ਹੁੰਦਾ। ਹੁਣ ਜਿਹੜੀਆਂ ਪ੍ਰਾਈਵੇਟ ਬੱਸਾਂ ਇੱਥੋਂ ਬਠਿੰਡੇ ਚੱਲਦੀਆਂ ਜਾਂ ਇੱਥੋਂ ਅੰਮ੍ਰਿਤਸਰ ਚੱਲਦੀਆਂ, ਕੀ ਉਹ ਸਰਕਾਰ ਨਹੀਂ ਚਲਾ ਸਕਦੀ ਏ ਸੀ ਬੱਸਾਂ? ਕਿਉਂ ਨਹੀਂ ਚਲਾ ਸਕਦੀ? ਕੀ ਅਸੀਂ ਇੱਥੋਂ ਏਅਰਪੋਰਟ ਲਈ ਬੱਸਾਂ ਨਹੀਂ ਚਲਾ ਸਕਦੇ? ਚਲਾ ਸਕਦੇ, ਤੇ ਉਹ ਸਰਕਾਰ ਪੈਸਾ ਅਰਨ ਕਰ ਸਕਦੀ ਸੀ ਨਾ। ਬਿਲਕੁਲ, ਉਹ ਕਿਉਂ ਨਹੀਂ, ਕਿਸੇ ਨੇ ਨਹੀਂ ਰੋਕਿਆ?
ਇੱਥੋਂ ਚੱਲਦੀਆਂ ਦਿੱਲੀ, ਦਿੱਲੀ ਵਾਲਿਆਂ ਨੂੰ ਨਹੀਂ ਪਤਾ ਵੀ ਇੱਥੋਂ ਪੰਜਾਬ 'ਚੋਂ ਇੱਕ ਪ੍ਰਾਈਵੇਟ ਬੰਦੇ ਦੀ ਬੱਸਾਂ ਆ ਰਹੀਆਂ, ਜੇ ਰੋਕਣਾ ਚਾਹੁੰਦੇ ਰੋਕ ਸਕਦੇ ਸੀ ਸ਼ਾਇਦ, ਹੁਣ ਵੀ ਉਹ ਬੱਸਾਂ ਚੱਲਦੀਆਂ ਨੇ। ਆਪ ਦੇ ਆਉਣ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਚੇਂਜ ਹੋਊਗੀ ਕਿ ਉਹ ਬੱਸਾਂ ਨੂੰ ਰੋਕ ਪਾਉਣਗੇ ਔਰ ਸਟੇਟ ਕੁਛ ਕਰ ਲੇਗੀ। ਜੇ ਉਹੀ ਬੱਸਾਂ ਹੁਣ ਵੀ ਚੱਲੀਆਂ ਤੇ ਉਹ ਲੱਖਾਂ ਕਰੋੜਾਂ ਰੁਪਇਆ ਮਹੀਨੇ ਦਾ ਇਕੱਠਾ ਕਰੀ ਜਾਣ ਇੱਕ ਬੰਦਾ ਹੀ, ਤੇ ਫਿਰ ਤੁਹਾਡੀ ਗਰੀਬੀ ਕਿੱਥੋਂ ਦੂਰ ਹੋ ਜਾਣੀ ਹੈ? ਕੁਛ ਵੀ ਨਹੀਂ ਮਿਲਣਾ। ਅਸੀਂ ਇੱਕ ਤਾਂ ਟਿਕਟ ਇੰਨੀ ਜ਼ਿਆਦਾ, NRI ਜਿਹੜੇ ਉੱਥੋਂ ਬੈਠ ਕੇ ਟਿਕਟ ਬੁੱਕ ਕਰਦੇ ਆ ਸ਼ਾਇਦ ਉਹਨਾਂ ਨੂੰ ਇੰਨਾ ਕੋਸਟਲੀ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਡਾਲਰ 'ਚ ਪੇ ਕਰਨਾ। ਸਾਡੀ ਜਿਹੜੀ ਇੱਥੋਂ ਦੀ ਹਰਿਆਣਾ ਰੋਡਵੇਜ਼ ਦੀ ਬੱਸ ਚੱਲਦੀ ਹੈ ਉਹਦੀ 700-800 ਰੁਪਏ ਮੰਨ ਲਓ 1000 ਰੁਪਏ ਇੱਕ ਵੋਲਵੋ ਦੀ ਟਿਕਟ ਆ, ਅਤੇ ਜਿਹੜੀ ਇਹਨਾਂ ਦੀ ਚੱਲਦੀਆਂ ਦੂਜੀਆਂ ਪ੍ਰਾਈਵੇਟ ਚੱਲਦੀਆਂ ਉਹ ਬਹੁਤ ਜ਼ਿਆਦਾ ਕੋਸਟਲੀ ਹੈ, ਉਹ 3 ਗੁਣਾ ਨੇ ਉਹਦੇ ਤੋਂ। ਅਗਰ ਇਹੀ ਚੀਜ਼ ਅਸੀਂ ਕਰ ਲਈਏ ਉਹਦੇ ਸਾਰਾ ਬੰਦਾ ਆਪਣਾ ਇੱਥੋਂ ਦੀ ਚੱਲਣਾ ਸ਼ੁਰੂ ਹੋ ਗਏ। ਪਰ ਜਿਹੜਾ ਇੱਕ ਮਸਲਾ ਜਿਹੜਾ ਪਿਛਲੇ 7 ਸਾਲ ਤੋਂ ਇੱਥੇ ਸਾਡਾ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਗਿਆ, ਮੈਂ ਉਹਦੇ ਤੇ ਆ ਗਿਆ ਸੀ, ਅੱਧਾ ਪੰਜਾਬ ਸਾਡਾ ਕੈਨੇਡਾ ਜਾ ਰਿਹਾ, ਆਸਟ੍ਰੇਲੀਆ ਜਾ ਰਿਹਾ ਸੀ ਕਿ ਅਗਰ ਅਸੀਂ ਕਿਸੇ ਤਰੀਕੇ ਸਿਵਿਲਾਈਜੇਸ਼ਨ ਨੂੰ ਇਸ ਗੱਲ ਲਈ ਮਨਾ ਪਾਉਂਦੇ ਹਾਂ ਕਿ ਇਹਨੂੰ ਚਲਾਇਆ ਜਾਵੇ, ਸਾਨੂੰ ਇੰਨਾ ਰੁਜ਼ਗਾਰ ਇੱਥੇ ਮਿਲ ਸਕਦਾ। ਟੈਕਸੀਆਂ ਵਾਲੇ ਦਾ ਕੰਮ ਜਿਹੜਾ ਪੰਜਾਬ 'ਚ ਜਾਂਦੇ ਸੀ, ਢਾਬਿਆਂ ਦਾ ਕੰਮ, ਟੈਕਸੀਆਂ ਦਾ ਕੰਮ, ਜਿਹੜੀ ਟਰਾਂਸਪੋਰਟ ਦਾ ਕੰਮ ਹੈ ਉਹ ਇੱਥੇ ਸ਼ੁਰੂ ਹੋ ਸਕਦਾ। ਸਾਰੇ ਪੰਜਾਬੀ ਕਮਾਸ, ਲੋਕਾਂ ਦੀ ਖੱਜਲ ਖੁਆਰੀ ਵੀ ਤੇ ਬਚੇਗੀ ਨਾ। ਸਾਰੇ ਪੰਜਾਬੀ ਜਿਹੜੇ ਅੰਮ੍ਰਿਤਸਰ ਵਾਲੇ ਬੰਦੇ ਨੇ ਵਿਚਾਰੇ ਨੇ ਕੈਨੇਡਾ ਜਾਣਾ, ਉਹ ਉੱਥੋਂ ਚੱਲਦਾ ਹੈ, ਖੱਜਲ ਖੁਆਰ ਹੋ ਗਏ ਉੱਥੇ ਪਹੁੰਚਦਾ। ਦੇਖੋ ਜੀ, ਇੰਨਾ ਟਾਈਮ ਇੰਗਲੈਂਡ ਤੋਂ ਆਉਂਦੇ ਆ, ਦਿੱਲੀ ਨਹੀਂ ਲੱਗਦਾ ਜਿੰਨਾ ਦਿੱਲੀ ਤੋਂ ਇੱਥੇ ਆਉਂਦੇ ਲੱਗ ਜਾਂਦਾ। ਔਰ ਇਹਦੇ ਕੋਈ ਦੋ ਰਾਏ ਨਹੀਂ ਹੈ ਕਿ ਸਭ ਤੋਂ ਵੱਧ ਜਿਹੜੇ ਯਾਤਰੀ ਹੈ ਉਹ ਸਾਡੇ ਨੌਰਥ ਇੰਡੀਆ ਦੇ, ਪੰਜਾਬ ਦੇ ਹੀ ਹੈ ਜਿਹੜੇ ਕੈਨੇਡਾ ਜਾ ਰਹੇ ਆ। ਹਿਮਾਚਲ ਅਗਰ ਇੱਥੋਂ ਦੀ ਪਲੇਨਸ 'ਚ ਜਾਣਾ ਸ਼ੁਰੂ ਕਰ ਦੇਣ, ਮੈਂ ਨਹੀਂ ਸਮਝਦਾ ਵੀ ਕੋਈ ਇੱਕ ਸੀਟ ਵੀ ਖਾਲੀ ਜਾਏਗੀ। ਬਿਲਕੁਲ, ਚਾਹੇ ਆਸਟ੍ਰੇਲੀਆ ਹੋਏ, ਚਾਹੇ ਕੈਨੇਡਾ ਹੋਏ, ਚਾਹੇ ਇੰਗਲੈਂਡ ਹੋਏ। ਸੋ ਕੁੱਲ ਮਿਲਾ ਕੇ ਭਗਵੰਤ ਮਾਨ ਨੂੰ ਠੀਕ ਹੈ, ਸਾਰੇ ਫਰੰਟਸ ਤੇ ਕੰਮ ਕਰਨਾ ਪਿਆ। ਸੀਰੀਅਸ ਕਮੇਡੀ ਵੈਸੇ ਜਿਹੜੇ ਮੈਂ ਕਈ ਵਾਰੀ ਉਹਦੇ ਮੈਂ ਪਿਛਲੇ ਵੀਡੀਓ ਦੇਖ ਰਿਹਾ ਸੀ ਕਿ ਜਿਹੜੇ ਉਹ ਕਮੇਡੀ ਦੇ ਥਰੂ ਵੀ ਗੱਲਾਂ ਕਰ ਰਿਹਾ ਸੀ, ਉਹ ਜਿਹੜੇ ਕਰਦਾ ਸੀਗਾ ਉਹ ਅੱਛੇ ਹੈ, ਸਟਾਈਲ ਅੱਛੇ ਸੀਗੇ। ਲੇਕਿਨ ਇਹਨੂੰ ਹੁਣ ਤੁਸੀਂ ਆਪ ਉਸ ਟਾਈਮ ਦੇ ਪਾਤਰ ਤੁਸੀਂ ਉਹ ਪਾਤਰ ਤੁਸੀਂ ਮੈਂ ਤੇ ਸਟਾਈਲ ਹੋਣ ਸ਼ੁਰੂ ਹੋ ਗਿਆ ਵੀ ਤੂੰ ਐ ਕਹਿੰਦਾ ਸੀ ਹੁਣ ਐ ਹੋਣ ਲੱਗ ਗਿਆ। ਇਹਦਾ ਮਤਲਬ ਹੈ ਕਿ ਇਹਦੇ ਵਾਸਤੇ ਮਾਨ, ਭਗਵੰਤ ਮਾਨ ਵਾਸਤੇ ਇੰਨਾ ਕੋਈ ਅਗਰ ਕਹੀਏ ਨਾ ਵੀ ਬੜਾ ਜਿਹੜਾ ਤਾਜ ਇਹਦੇ ਸਿਰ ਤੇ ਰੱਖਿਆ ਜਾ ਰਿਹਾ ਵੀ ਉਹ ਬੜਾ ਬੋਰਡਰ ਸਟੇਟ ਹੋਣ ਕਰਕੇ ਸਾਡਾ ਸਿਕਿਉਰਿਟੀ ਇੱਕ ਮੇਜਰ ਕੰਸਰਨ ਹੈ ਹਮੇਸ਼ਾ ਹੀ, ਪਲੱਸ ਜਿਹੜੀ ਬੇਰੋਜ਼ਗਾਰੀ ਹੈ, ਪਲੱਸ ਜਿਹੜਾ ਇੱਥੇ ਨਸ਼ਾ ਚੱਲਦਾ ਹੈ, ਪਲੱਸ ਜਿਹੜੀ ਇੱਥੇ ਲੈਂਡ ਮਾਫੀਆ, ਮਾਈਨਿੰਗ ਮਾਫੀਆ। ਅਗਰ ਇਹਨਾਂ ਚੀਜ਼ਾਂ 'ਤੇ ਅਸੀਂ ਕੁਛ ਕੰਟਰੋਲ ਕਰ ਸਕਦੇ ਹਾਂ ਔਰ ਲੋਕਾਂ ਨੂੰ ਲੱਗੇ ਕਿ ਹਾਂਜੀ ਸਾਨੂੰ ਰੇਤੇ ਦਾ ਟਰੱਕ ਜਾਂ ਬਜਰੀ ਦਾ ਟਰੱਕ ਇੰਨੇ ਦਾ ਮਿਲਦਾ ਸੀ, ਹੁਣ ਸਾਨੂੰ ਘੱਟ ਰੇਟ 'ਤੇ ਮਿਲ ਰਿਹਾ, ਇਹ ਅੱਛੀ ਗੱਲ ਹੋਈ। ਇਹ ਫਿਰ ਤਾਂ ਹੀ ਹੋਣਾ ਜਦੋਂ ਤੱਕ ਤੁਹਾਡੇ ਕੋਲ ਇਹ ਸਭ ਚੀਜ਼ਾਂ ਤੁਹਾਡੀ ਸਰਕਾਰ ਆਪਣੇ ਕੰਟਰੋਲ 'ਚ ਨਹੀਂ ਕਰਦੀ। ਹੁਣ ਸਰਕਾਰ ਇਹਨਾਂ ਦੀ ਆਪਣੀਆਂ ਹੁੰਦਾ ਕਰੋ ਨਾ, ਜਿਹੜੇ ਇਹਨਾਂ ਨੂੰ ਓਬਜੈਕਸ਼ਨ ਲਗਾਏ ਆ। ਹੁਣ ਤਾਂ ਕੋਈ ਇਹ ਨਹੀਂ ਕਹਿ ਸਕਦਾ ਜੀ ਮੈਨੂੰ ਉਹ ਨਹੀਂ ਕਰਨ ਦਿੰਦਾ ਕੰਮ ਤੇ ਮੈਨੂੰ ਆਹ ਨਹੀਂ ਕਰਨ ਦਿੰਦਾ। ਜਿੱਦਾਂ ਦਿੱਲੀ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਰੌਲਾ ਸੀ ਵੀ ਸਾਨੂੰ ਜੀ ਸੈਂਟਰ ਨਹੀਂ ਕੰਮ ਕਰਨ ਦਿੰਦੇ, ਸਾਨੂੰ ਐਲਜੀ ਨਹੀਂ ਕੰਮ ਕਰਨ ਦਿੰਦਾ। ਇੱਥੇ ਤਾਂ ਨੋਬਡੀ ਇਜ਼ ਗੋਨਾ ਸਟਾਪ ਦੈਟ। ਹੁਣ ਇਦਾਂ ਨਾ ਹੋਏਗਾ ਭਗਵੰਤ ਮਾਨ ਇਹ ਕਹੇਗਾ ਮੈਨੂੰ ਕੇਜਰੀਵਾਲ ਨਹੀਂ ਕਰਨ ਦਿੰਦਾ, ਮੈਂ ਤਾਂ ਕਰਨਾ ਚਾਹੁੰਦਾ ਜੀ ਉਹ ਕਰਨ ਨਹੀਂ ਦਿੰਦਾ। ਆਹ ਇੱਕ ਰਾਘਵ ਚੱਡਾ ਸਾਹਿਬ ਆਏ ਹੋਏ ਆ, ਉਹਦੀ ਕੋਈ ਸਮਝ ਨਹੀਂ ਆਉਂਦੀ ਹੈ ਵੀ ਉਹਦਾ ਕੀ ਰੋਲ ਹੈ, ਉਹ ਕੀ ਕਰਨਾ ਚਾਹੁੰਦਾ ਹੈ। ਇੱਕ ਕੋਈ ਮੇਰੇ ਖਿਆਲ ਹੈ ਕੋਈ ਹੋਰ ਹੈਗੇ ਜਰਨੈਲ ਸਿੰਘ ਜੀ ਆਏ ਹੋਏ ਆ, ਪਰ ਮਤਲਬ ਕਦੇ ਕਦੇ ਬੜਾ ਅਜੀਬ ਜਿਹਾ ਵੀ ਲੱਗਦਾ ਹੈ ਕਿ ਫਾਈਨਲੀ ਅਸੀਂ ਪੰਜਾਬ ਦੇ ਵਿੱਚ ਆਪਣੀ ਇੱਕ ਪਾਰਟੀ ਨਹੀਂ ਬਣਾ ਸਕੇ ਕਿ ਜਿਹੜੀ ਪੰਜਾਬ ਨੂੰ ਥਰਡ ਫਰੰਟ ਨਹੀਂ ਦੇ ਸਕੇ ਜਿਹੜਾ ਪੰਜਾਬ ਦਾ ਰੀਜਨਲ ਹੋਵੇ, ਜਿਹੜਾ ਪੰਜਾਬ ਨੂੰ ਜਾਣਦਾ ਹੋਵੇ। ਇਹ ਸਾਰੇ ਹੋਣ ਲੱਗੇ ਕਠਪੁਤਲੀ ਬਣਨ ਵਾਲੇ ਆ ਮੇਰੇ ਹਿਸਾਬ। ਇਹ ਬਹੁਤ ਸ਼ੇਮਫੁਲ ਹੈ ਪੰਜਾਬੀਆਂ ਲਈ ਵੀ ਤੁਸੀਂ ਆਪ ਹੀ ਨਹੀਂ ਕੁਛ ਇੱਥੇ ਕਰ ਸਕੇ, ਬਾਹਰੋਂ ਬੰਦਾ ਆ ਕੇ ਕੰਟਰੋਲ ਕਰ ਰਿਹਾ, ਔਰ ਅਗਰ ਉਹ ਜਿੱਤ ਰਹੇ ਔਰ ਲੋਕਾਂ ਨੇ ਉਹ 'ਤੇ ਕੋਨਫੀਡੈਂਸ ਦਿਖਾਇਆ, ਇਹ ਉਸ ਤੋਂ ਵੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ। ਅੱਛਾ, ਤੁਹਾਨੂੰ ਇੱਕ ਗੱਲ ਹੋਰ ਤੁਸੀਂ ਬੜੀ ਨੋਟ ਕੀਤੀ ਹੋਣੀ ਹੈ ਕਿ ਭਗਵੰਤ ਮਾਨ ਨੂੰ ਇਲੈਕਸ਼ਨ ਤੋਂ ਕੋਈ 10 ਦਿਨ ਪਹਿਲਾਂ ਹੀ ਸ਼ਾਇਦ ਡਿਕਲੇਅਰ ਕੀਤਾ ਗਿਆ। ਕੇਜਰੀਵਾਲ ਦੇ ਵੀ ਕਿਸੇ ਹੋਰ ਨੂੰ ਲੱਭ ਰਹੇ, ਜਿਹੜਾ ਰਾਜੇਵਾਲ ਨੂੰ ਅਪਰੋਚ ਕੀਤਾ ਜਾ ਰਿਹਾ ਸੀ। ਇਹਦਾ ਮਤਲਬ ਹੈ ਕਿ ਅਜੇ ਵੀ ਮੈਂ ਜੋ ਮੇਰੀ ਪਰਸਨਲ ਤੌਰ ਦੇ ਉੱਪਰ ਮੈਂ ਇਹ ਸਮਝਦਾ ਕਿ ਅਜੇ ਵੀ ਅਸੀਂ ਇਹ ਗਰੰਟੀ ਨਹੀਂ ਲੈ ਸਕਦੇ ਕਿ ਭਗਵੰਤ ਮਾਨ ਸਾਡਾ 5 ਸਾਲ ਪੂਰੇ ਕਰੇਗਾ। ਇਹਨੂੰ ਕਿਸੇ ਉਹਦੇ ਵਿੱਚ ਰਗੜਿਆ ਵੀ ਜਾ ਸਕਦਾ ਤੇ ਆਪਣੀ ਮਰਜ਼ੀ ਦਾ ਬੰਦਾ ਇੱਥੇ, ਜਿੱਦਾਂ ਪਹਿਲਾਂ ਵੀ ਇਲਜ਼ਾਮ ਲੱਗ ਰਹੇ ਸੀਗੇ ਕਿ ਕੇਜਰੀਵਾਲ ਇੱਥੇ ਮੁੱਖ ਮੰਤਰੀ ਬਣਨਾ ਚਾਹੁੰਦੇ ਜੀ। ਹਾਂ, ਕਿਹਾ ਹੀ ਸੀ, ਕਈਆਂ ਨੇ ਕਿਹਾ ਸੀਗਾ ਕਿ ਉੱਥੇ ਮੈਂ ਕਿਸੇ ਹੋਰ ਨੂੰ ਲਗਾ ਕੇ ਮੈਂ ਪੰਜਾਬ ਦਾ ਸੀਐਮ ਬਣ ਗਿਆ। ਬਿਲਕੁਲ ਬਿਲਕੁਲ, ਤੇ ਹੀ ਮਾਈਟ ਬੀ ਹੈਵਿੰਗ ਦੈਟ ਐਂਬੀਸ਼ਨ। ਸਵਾਲ ਇਹ ਹੈ ਕਿ ਸਟੇਟ ਇੰਡੀਪੈਂਡੈਂਟ ਸਟੇਟ ਨੂੰ ਰਨ ਕਰਨਾ, ਉੱਥੇ ਐਲਜੀ ਦੇ ਅੰਡਰ ਕਰਨੀ ਪੈਂਦੀ ਹੈ, ਉਹਨਾਂ ਨੂੰ ਬਹੁਤ ਸਾਰਾ, ਪੁਲਿਸ ਉਹਨਾਂ ਦੇ ਕੰਟਰੋਲ 'ਚ ਨਹੀਂ, ਇੱਥੇ ਸਾਰਾ ਕੁਛ ਇਹਨਾਂ ਦੇ ਕੰਟਰੋਲ 'ਚ ਹੋਏਗਾ ਕਿਉਂਕਿ ਉੱਥੇ ਪੁਲਿਸ ਸੈਂਟਰ ਦੇ ਅੰਡਰ ਹੈ, ਐਲ ਜੀ ਉੱਪਰ ਹੈਗਾ ਉਹਨਾਂ ਦੇ, ਤਾਂ ਉਹਨਾਂ ਨੂੰ ਸਿਰਫ ਆਫਿਸ ਐਡਮਿਨਿਸਟ੍ਰੇਸ਼ਨ ਆ ਜਾਂ ਪੁਲਾਂ ਦੇ ਤੁਸੀਂ ਟੈਂਡਰ ਦੇਣੇ ਆ ਜਾਂ ਇੱਦਾਂ ਦਾ ਕੁਛ ਚੱਲਦਾ,
ਇੱਥੇ ਕੰਪਲੀਟ ਇਹ ਕਰ ਸਕਦੇ ਹਾਂ ਆਪਣਾ ਅਗਰ ਚਾਹਣ ਤਾਂ ਲੈਟ ਸੀ ਵੀ ਵਿਸ਼ ਐਂਡ ਪ੍ਰੇ ਕਿ ਅੱਛਾ ਹੋਵੇ ਪੰਜਾਬ ਲਈ ਔਰ ਪੰਜਾਬੀਆਂ ਲਈ ਪੰਜਾਬ ਅੱਜ ਤੋਂ 5 ਸਾਲ ਬਾਅਦ ਇਹ ਤਾਂ ਨਹੀਂ ਮਹਿਸੂਸ ਕਰੇਗਾ ਕਿ ਯਾਰ ਅਸੀਂ ਕਿਹਨਾਂ ਨੂੰ ਸਰਕਾਰ ਦਾ ਵਿੱਚ ਬਣਾ ਦਿੱਤਾ ਅਤੇ ਇਹ ਤਾਂ ਬੜੀ ਵੱਡੀ ਗਲਤੀ ਕਰ ਲਈ ਦੇਖੋ ਹੋਣਾ ਤਾਂ ਨਹੀਂ ਚਾਹੀਦਾ ਇੱਦਾਂ ਚੇਂਜ ਇਜ਼ ਆਲਵੇਜ਼ ਫੋਰ ਦੀ ਬੈਟਰਮੈਂਟ ਔਰ ਅਗਰ ਇਹ ਚੀਜ਼ ਇੱਕ ਹੋ ਜਾਂਦੀ ਹੈ ਤਾਂ ਫਿਰ ਇਹ ਦੂਜਿਆਂ ਲਈ ਵੀ ਕੰਪੀਟੀਸ਼ਨ ਹੋਏਗਾ ਕਿ ਅਗਰ ਬੰਦੇ ਕਿਸੇ ਇੱਕ ਨੂੰ ਜਿਤਾ ਸਕਦੇ ਦੂਸਰੇ ਨੂੰ ਹਰਾ ਵੀ ਸਕਦੇ ਆ ਇਹ ਦੂਜੀ ਸਟੇਟਸ ਵੀ ਇਸ ਤਰ੍ਹਾਂ ਹੋ ਸਕਦਾ ਜਿਹੜਾ ਕੰਮ ਨਹੀਂ ਕਰੂਗਾ ਉਹ ਜਾਊਗਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਬੀਜੇਪੀ ਨੇ ਆਪਣੇ ਲਈ ਇੱਕ ਮਾਹੌਲ ਨਹੀਂ ਪੈਦਾ ਕਰ ਲਿਆ ਇੱਥੇ ਨਹੀਂ ਉਹ ਉਹਨੇ ਸਪੇਸ ਕ੍ਰੀਏਟ ਕਰਤਾ ਦੇਖੋ ਕਾਂਗਰਸ ਖਤਮ ਹੋ ਗਈ ਇੱਥੋਂ ਅਕਾਲੀ ਦਲ ਖਤਮ ਹੋ ਗਿਆ ਖਤਮ ਮਤਲਬ ਸੀਟਾਂ ਵਾਈਜ਼ ਅਦਰਵਾਈਜ਼ ਅਕਾਲੀ ਦਲ ਰਹੇਗਾ ਇਹ ਅਤੇ ਹੁਣ ਲੋਕਾਂ ਨੂੰ ਅਗਲੀ ਵਾਰੀ ਜਿਹੜਾ ਇੱਕ ਅਗਲਾ ਅਲਟਰਨੇਟਿਵ ਹੋਏਗਾ ਕਿ ਉਹ ਬੀਜੇਪੀ ਨਹੀਂ ਲੱਭਣਾ ਸ਼ੁਰੂ ਕਰ ਦੇਣਗੇ ਹੋ ਵੀ ਸਕਦਾ ਅਗਰ ਲੋਕਾਂ ਦਾ ਗੁੱਸਾ ਉਸ ਚੀਜ਼ ਤੋਂ ਹਟ ਜਾਏਗਾ ਉਹਨਾਂ ਨੂੰ ਲੱਗੇਗਾ ਕਿ ਕਿਸਾਨਾਂ ਲਈ ਕੁਛ ਹੋਇਆ ਕਿਸਾਨਾਂ ਲਈ ਗਲਤ ਨਹੀਂ ਸੀ ਹੋ ਰਿਹਾ ਇਫ ਐਟ ਆਲ ਦੇ ਥਿੰਕ ਵੀ ਇੱਦਾਂ ਹੋ ਰਿਹਾ ਸੀਗਾ ਉਹ ਜਿਹੜੇ ਡਿਫਰੈਂਸ ਓਪੀਨੀਅਨ ਸੀਗੇ ਸੈਂਟਰ ਔਰ ਕਿਸਾਨਾਂ ਦੇ ਵਿੱਚ ਅਗਰ ਉਹ ਚੀਜ਼ ਠੀਕ ਹੁੰਦੀ ਤਾਂ ਇਹ ਨੌਬਤ ਅਸੀਂ ਹਾਂ ਕਿਸਾਨਾਂ ਦੇ ਮੁੱਦੇ ਪਰ ਵੀ ਅਸੀਂ ਕਈ ਵਾਰੀ ਗੱਲ ਕਰ ਰਹੇ ਹਾਂ ਪਰ ਪ੍ਰੋਬਲਮ ਇਹ ਹੈ ਕਿ ਭਗਵੰਤ ਮਾਨ ਕੋਲ ਹੁਣ ਕਿਸਾਨਾਂ ਦਾ ਵੀ ਕੋਈ ਹੱਲ ਹੈ ਇਹਦੇ ਕੋਲ ਜਿਹੜਾ ਉਹਨਾਂ ਨੇ ਉਹ ਵਾਲੇ ਦੇ ਕਰਦੇ ਜੀ ਵੀ ਬਿੱਲ ਵਾਪਸ ਕਰ ਦਿਉ ਜੀ ਉਹ ਸਾਡੇ ਹੈ ਦੇਖੋ ਜੇ ਲੋਕੀ ਐਕਚੁਅਲ ਕਿਸਾਨਾਂ ਦੇ ਨਾਲ ਹੁੰਦੇ ਤਾਂ ਉਹਨਾਂ ਨੂੰ ਵੀ ਮੈਂਡੇਟ ਮਿਲਿਆ ਹੁੰਦਾ ਉਹਨਾਂ 'ਚ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ ਇਹਦਾ ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਪਤਾ ਵੀ ਕਿਸਾਨਾਂ ਦੀ ਪ੍ਰੋਬਲਮ ਸੀਗੀ ਪਰ ਕਿਸਾਨ ਇੰਨੇ ਵੀ ਜ਼ਿਆਦਾ ਕੰਪੀਟੈਂਟ ਨਹੀਂ ਹੈ ਕਿ ਉਹ ਸਰਕਾਰ ਚਲਾ ਦੇਣ ਨਹੀਂ ਮੇਰਾ ਉਹ ਸਵਾਲ ਨਹੀਂ ਮੇਰਾ ਸਵਾਲ ਇਹ ਹੈ ਕਿ ਕੀ ਭਗਵੰਤ ਮਾਨ ਜਾਂ ਆਪ ਕੋਈ ਐਸਾ ਪਲਾਨ ਲੈ ਕੇ ਆ ਸਕਦਾ ਹੈ ਜਿਹੜਾ ਕਿ ਦੇਖੋ ਇਸ ਵੇਲੇ ਕਰੰਟਲੀ ਜਿਹੜੀ ਬੀਜੇਪੀ ਗੌਰਮੈਂਟ ਜਿਹੜੀ ਉਹ ਲੈ ਕੇ ਆਈ 3 ਕਾਨੂੰਨ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਆਏ ਉਹ ਸਾਲ ਦਾ ਸਾਢੇ 700 ਬੰਦਾ ਮਤਲਬ ਸ਼ਹੀਦ ਹੋਣ ਤੋਂ ਬਾਅਦ ਵਾਪਸ ਹੋ ਗਏ ਸਵਾਲ ਇਹ ਖੜਾ ਹੁੰਦਾ ਹੈ ਕਿ ਉਹਦੇ ਵਾਪਸ ਹੋ ਗਏ ਕਿ ਇਹਦੇ ਵਾਪਸ ਹੋਣ ਨਾਲ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਗਿਆ ਉਹ ਤੇ ਆਲਰੇਡੀ ਸੁਸਾਈਡ ਕਰ ਰਹੇ ਆ ਹਰ ਰੋਜ਼ ਦੀ 10-10 ਖਬਰਾਂ ਦੇਖੋ ਮਤਲਬ ਫਲਾਣੇ ਦੇ ਕਰਜ਼ੇ ਥੱਲੇ ਆ ਗਏ ਐਸਾ ਕੋਈ ਮਾਸਟਰ ਪਲਾਨ ਇਹਨਾਂ ਕੋਲ ਹੈਗਾ ਇਹ ਲੈ ਕੇ ਆਉਣਗੇ ਓਨਲੀ ਟਾਈਮ ਵਿਲ ਟੈਲ ਹੈ ਤਾਂ ਹਲੇ ਤਾਂ ਸਾਨੂੰ ਤਾਂ ਕਿਸੇ ਨੂੰ ਇਹਨਾਂ ਨੇ ਕੁਝ ਦੱਸਿਆ ਨਹੀਂ ਹੈ ਤਾਂ ਸਮਾਂ ਹੀ ਦੱਸੂਗਾ ਵੀ ਉਹਨਾਂ ਦੇ ਕੁਝ ਹੈ ਵੀ ਕਿ ਨਹੀਂ ਹੈ ਨਹੀਂ ਕੁਛ ਤੇ ਤੁਹਾਡੇ ਕੋਲ ਇੱਕ ਬਲੂ ਪ੍ਰਿੰਟ ਹੋਣਾ ਚਾਹੀਦਾ ਨਾ ਸਾਡੀ ਪੰਜਾਬ ਕਿਸਾਨ ਦੀ ਬੜੀ ਵੱਡੀ ਦੇਖੋ ਜੇ ਇਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਹੁਣ ਇੱਥੇ ਜਿੱਤ ਰਹੇ ਹਾਂ ਇਹਨਾਂ ਨੇ ਕਿਹਾ ਵੀ ਅਸੀਂ 3 ਵਾਰੀ ਸਰਵੇ ਕਰਵਾਇਆ ਔਰ ਦੇ ਹੈਡ ਬੀਨ ਹੈਵਿੰਗ ਦੀ ਆਈਡੀਆ ਕਿ ਅਸੀਂ ਕਲੀਨ ਸਵੀਪ ਜਾਣਾ ਹੀ ਜਾਣਾ ਫਿਰ ਤਾਂ ਇਹਨਾਂ ਕੋਲ ਹੁਣ ਤੱਕ ਮਾਸਟਰ ਪਲਾਨ ਰੈਡੀ ਹੋਣਾ ਚਾਹੀਦਾ ਇੱਕ ਹੁੰਦਾ ਵੀ ਪਤਾ ਹੀ ਨਹੀਂ ਸੀਗਾ ਵੀ ਅਸੀਂ ਜਿੱਤਾਂਗੇ ਨਹੀਂ ਜਿੱਤਾਂਗੇ ਹੰਗ ਅਸੈਂਬਲੀ ਆਉਣੀ ਹੈ ਅਤੇ ਇੱਦਾਂ ਨੂੰ ਤਾਂ ਅਗਰ ਉਹ ਕਹਿੰਦਾ ਜੀ ਅਸੀਂ ਇੱਕ ਵਾਰੀ ਕਰਵਾਇਆ ਪਹਿਲਾਂ ਸਰਵੇ ਸਾਨੂੰ ਸੀਗਾ ਵੀ ਅਸੀਂ ਜਿੱਤਣਾ ਫਿਰ ਦੂਸਰੀ ਵਾਰ ਕਰਵਾਇਆ ਦੈਨ ਦੇ ਡਿਡ ਇਟ ਥਰਾਈਸ ਅਤੇ 3 ਵਾਰੀ ਜੇ ਹੋਇਆ ਕਿ ਅਸੀਂ ਜਿੱਤਾਂਗੇ ਔਰ ਉਹ ਹਾਰਾਂਗੇ ਅਤੇ ਫਿਰ ਇਹਨਾਂ ਨੇ ਇੰਨੇ ਮਹੀਨਿਆਂ ਦੇ ਵਿੱਚ ਕੁਛ ਨਾ ਕੁਛ ਬਣਾਇਆ ਹੀ ਹੋਏਗਾ ਵੀ ਹਾਓ ਵੀ ਵਿਲ ਰਨ ਦੀ ਸਟੇਟ ਜੇ ਮੈਂ ਵਾਅਦਾ ਕਰ ਰਿਹਾ ਤੁਹਾਨੂੰ ਵੀ ਮੈਂ ਕੱਲ੍ਹ ਨੂੰ ਦਊਂਗਾ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਪੈਸਾ ਆਏਗਾ ਕਿੱਥੋਂ ਇਹ ਤਾਂ ਹੁਣ ਉਹੀ ਦੱਸ ਸਕਦੇ ਹਾਂ ਜਾਂ ਸਮਾਂ ਦੱਸੂਗਾ ਫਿਰ ਲੋਕ ਇਹਨਾਂ ਦੇ ਅੱਗੇ ਧਰਨੇ ਕਰਨਗੇ ਔਰ ਕੱਲ੍ਹ ਤਾਂ ਜਦੋਂ ਇਲੈਕਸ਼ਨ ਜਦੋਂ ਲਗਭਗ ਪਤਾ ਚੱਲ ਗਿਆ ਸੀ ਕਿ ਆਪਦੀ ਸਰਕਾਰ ਆ ਰਹੀ ਹੈ ਅਤੇ ਜਿਹੜੇ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਪਬਲਿਕ ਨੂੰ ਐਡਰੈਸ ਕੀਤਾ ਅਤੇ ਉਹ ਕਹਿੰਦਾ ਜੀ ਮਹੀਨੇ ਬਾਅਦ ਹੀ ਨੁਹਾਰ ਬਦਲ ਜਾਏਗੀ ਦਿੱਲੀ ਦੇ ਦਖਲ ਅੰਦਾਜ਼ੀ ਤੋਂ ਬਿਨਾਂ ਕੰਮ ਕਰਨ ਇੱਥੇ ਉਹ ਹੋਣਾ ਨਹੀਂ ਔਰ ਜਦ ਤੱਕ ਦਿੱਲੀ ਦੇ ਇੰਟਰਫੇਅਰ ਕਰੇਗੀ ਤੁਹਾਨੂੰ ਪਾਰਟੀ ਹੈਡ ਹੈ ਉਹਨੇ ਹੀ ਸਾਰੇ IAS ਲਗਾਉਣੇ ਆ ਉਹਨੇ ਹੀ ਸਾਰਾ ਕੁਛ ਇਹਨਾਂ ਦਾ ਪਲਾਨ ਬਣਾਉਣਾ ਹੈ ਫਿਰ ਕਿਤੇ ਨਾ ਕਿਤੇ ਹਰ ਚੀਜ਼ ਉਹਨੂੰ ਪੁੱਛਣ ਵਾਸਤੇ ਹੁਣ ਜਿੱਦਾਂ ਤੁਸੀਂ ਦੇਖੋ ਵੀ ਅੱਜ ਕਹਿ ਰਹੇ ਤੁਸੀਂ ਵੀ ਉਹ ਜਹਾਜ਼ ਲੈ ਕੇ ਜੀ ਉੱਥੇ ਗਏ ਉਹਨਾਂ ਨੂੰ ਮਿਲਣ ਵਾਸਤੇ ਹਾਂ ਉੱਥੇ ਗਿਆ ਸੱਜਣ ਵਾਸਤੇ ਗਿਆ ਆਹ ਬੰਦਾ ਕੀ ਕਰੇਗਾ ਜਹਾਜ਼ ਲੈ ਕੇ ਤਾਂ ਨਹੀਂ ਜਾਏਗਾ ਆਹ ਬੰਦਾ ਤਾਂ ਫੋਨ ਤੇ ਰਿਕੁਐਸਟ ਕਰੇਗਾ ਵੀ ਸਰ ਤੁਸੀਂ ਵੀ ਆਉਣਾ ਜੀ ਸਾਡੇ ਨਹੀਂ ਰਿਕੁਐਸਟ ਵੀ ਕਿਉਂ ਕਰ ਰਹੇ ਹੈ ਉਹਨੂੰ ਪਤਾ ਹੀ ਹੈ ਉਹ ਖੁਦ ਆਵੇ ਕਿ ਮੈਂ ਆ ਗਿਆ ਬਈ ਜਿੱਤ ਗਿਆ ਦੱਸੋ ਜੀ ਹੀ ਬੀਇੰਗ ਦਾ ਪਾਰਟੀ ਸਪੂਰੀ ਮਤਲਬ ਉਹ ਤਾਂ ਤੁਸੀਂ ਕਿਹੜਾ ਕੋਈ 50 ਸੀਟਾਂ ਜਿੱਤ ਗਏ ਅਭੀ ਤੁਸੀਂ ਆ ਗਏ ਉਧਰ ਮਤਲਬ ਕੁੱਲ ਮਿਲਾ ਕੇ ਆਪ ਪਾਰਟੀ ਸਾਰੀਆਂ ਪਾਰਟੀਆਂ ਤੇ ਇਹ ਇਲਜ਼ਾਮ ਲਾਉਂਦੀ ਆਈ ਹੈ ਕਿ ਜਿਹੜੀਆਂ 2-3 ਪਾਰਟੀਆਂ ਜੀ ਬੀਜੇਪੀ ਹੋ ਗਈ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਿਆ ਜਾਂ BSP ਨੂੰ ਵੀ ਕਹਿ ਲਓ ਵੀ ਇਹ ਰਵਾਇਤੀ ਪਾਰਟੀਆਂ ਔਰ ਮੈਨੂੰ ਡਰ ਹੈ ਕਿ ਇਹ ਪਾਰਟੀ ਵੀ ਬੜੀ ਛੇਤੀ ਰਵਾਇਤੀ ਹੀ ਬਣ ਜਾਏਗੀ ਇਹਦੇ ਵਿੱਚ ਵੀ ਅਸੀਂ ਇਹਨੂੰ ਆਮ ਆਦਮੀ ਪਾਰਟੀ ਦੀ ਨਹੀਂ ਕਹਿ ਸਕਦੇ ਕਿ ਆਮ ਆਦਮੀ ਦੀ ਪਾਰਟੀ ਇਹ ਕਹਿ ਸਕਦੇ ਹਾਂ ਕਿ ਇੱਕ 4th-5th ਪਾਰਟੀ ਆ ਗਈ ਹੈ ਜਿਹੜੀ ਕਿ BSP ਵਾਂਗ
ਜਿੱਦਾਂ ਬੀ ਐਸ ਪੀ ਇੱਕ ਪਾਰਟੀ ਜਿਹੜੀ ਬਣੀ ਸੀਗੀ ਉਹ ਇੱਕ ਪਰਟੀਕੁਲਰ ਜਿਹੜਾ ਇੱਕ ਮਤਲਬ ਖਿੱਤੇ ਦੇ ਲੋਕੀ ਸੀਗੇ ਜਾਂ ਇੱਕ ਜਾਤ ਦੇ ਲੋਕੀ ਸੀਗੇ ਉਹਨਾਂ ਨੂੰ ਲੈ ਕੇ ਬਣੀ, ਬਾਅਦ 'ਚ ਉਹਨਾਂ ਨੇ ਵੀ ਸਾਰਿਆਂ ਨੂੰ ਮਿਲਾ ਮਲੂ ਕੇ ਵੀ ਬਣ ਗਈ। ਇਸੇ ਕਰਕੇ ਉਹ 5 ਸਾਲ ਰਾਜ ਕਰਨ ਤੋਂ ਬਾਅਦ ਉਹ ਦੁਬਾਰਾ ਕਦੇ ਆਏ ਨਹੀਂ ਪਾਵਰ 'ਚ, ਔਰ ਆਉਣਾ ਵੀ ਨਹੀਂ ਉਹਨਾਂ ਨੇ। ਪਹਿਲੇ 5 ਸਾਲ ਹੀ ਪੰਜਾਬ ਲਈ ਅੱਛਾ ਕਰਦੇ ਉਸ ਤੋਂ ਬਾਅਦ ਕਰਦੇ ਆ ਜਾਂ ਨਹੀਂ ਕਰਦੇ, ਐਟਲੀਸਟ ਪਹਿਲੇ 5 ਸਾਲ ਤਾਂ ਸਾਡੇ ਲਈ ਕੁਛ ਭਲਾ ਹੋ ਜਾਏ। ਮੈਂ ਤਾਂ ਕਹਿੰਦਾ ਦੇਖੋ ਇਹ ਫੰਡ ਆਉਣਗੇ ਕਿੱਥੋਂ ਜੇ ਸੈਂਟਰ ਇਹਨਾਂ ਨੂੰ ਫੰਡ ਨਹੀਂ ਦੇਗੀ? ਸੈਂਟਰ 'ਚ ਬੀਜੇਪੀ ਹੈ, ਇੱਥੇ ਆਪ ਆ ਗਈ, ਉਹਨਾਂ ਦੀ ਆਪਸ 'ਚ ਕਿਉਂਕਿ ਕੋਆਰਡੀਨੇਸ਼ਨ ਸਾਰਿਆਂ ਨੂੰ ਪਤਾ ਵੀ ਜਾ ਕੇ ਜ਼ਾਹਿਰ ਹੈ ਵੀ ਹੈ ਨਹੀਂ, ਅਤੇ ਮੇਰੇ ਕੋਲ ਜੇ ਪੈਸਾ ਨਹੀਂ ਹੋਏਗਾ ਤਾਂ ਮੈਂ ਸਟੇਟ ਪਲੈਨ ਕੀ ਕਰੂੰਗਾ, ਤਾਂ ਮੈਂ ਰਨ ਕਿੱਦਾਂ ਕਰਾਂਗਾ? ਸਾਡੀ ਪਲੈਨਿੰਗ ਸਾਰੀ ਧਰੀ ਦੀ ਧਰੀ ਹੈ, ਜੇ ਮੇਰੇ ਕੋਲ ਪੈਸਾ ਹੀ ਨਹੀਂ ਕਿਤੇ ਇਨਵੈਸਟ ਕਰਨ ਨੂੰ, ਨਵੇਂ ਪ੍ਰੋਜੈਕਟ ਨਹੀਂ ਲਗਾ ਸਕਦਾ, ਨਵੇਂ ਟੈਕਸਿਸ ਤੁਸੀਂ ਲਗਾ ਨਹੀਂ ਸਕਦੇ, ਫ੍ਰੀ ਆਫ ਕੋਸਟ ਤੁਸੀਂ ਕਈ ਚੀਜ਼ਾਂ ਦਿੱਤੀਆਂ, ਕਹਿ ਰਹੇ ਤੁਸੀਂ ਬਿਜਲੀ ਫ੍ਰੀ ਕਰਨ ਨੂੰ ਫਿਰ ਰਹੇ ਹੋ, ਬਿਜਲੀ ਮਹਿਕਮਾ ਪਹਿਲਾਂ ਹੀ ਘਾਟੇ ਚੱਲ ਰਿਹਾ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬਿਜਲੀ ਹੋਰ ਫ੍ਰੀ ਦੇਣੀ ਹੈ, ਔਰ ਜੇ ਤੁਸੀਂ ਬਿਜਲੀ ਫ੍ਰੀ ਦੇਣੀ ਹੈ ਔਰ ਕੋਈ ਹੋਰ ਟੈਕਸ ਲਗਾ ਤਾ ਗੱਲ, ਤਾਂ ਫਿਰ ਉੱਥੇ ਹੀ ਆ ਗਈ ਵੀ ਮੈਂ ਇੱਧਰੋਂ ਦੀ ਫੜ ਕੇ ਤੁਹਾਨੂੰ ਇੱਥੋਂ ਦੀ ਫੜਾ ਤਾ। ਬਿਲਕੁਲ, ਫਿਰ ਤੁਸੀਂ ਹਰ ਮਹਿਲਾ ਨੂੰ ਜਿਹੜੀ 18 ਸਾਲ ਤੋਂ ਵੱਡੀ ਹੈ ਉਹਨੂੰ ਤੁਸੀਂ 1000 ਰੁਪਇਆ ਵੀ ਦੇਣਾ, ਔਰ ਤੁਸੀਂ ਇਹ ਵੀ ਨਹੀਂ ਡਿਸਟਿੰਗੁਇਸ਼ ਕੀਤਾ ਹੋਇਆ ਵੀ ਕੋਈ ਫਾਈਨੈਂਸ਼ੀਅਲੀ ਜਾਂ ਇਕਨੋਮਿਕਲੀ ਕੋਈ ਤੁਸੀਂ ਬੈਰੀਅਰ ਲਗਾਉਣਾ, ਮਤਲਬ ਅਮੀਰ ਗਰੀਬ ਸਾਰਿਆਂ ਨੂੰ ਤੁਸੀਂ ਹਰ ਮਤਲਬ ਕਰਨਾ, ਨਹੀਂ ਵਾਟ ਇਜ਼ ਦੀ ਪਰਪਸ, ਉਹਦਾ ਕੋਈ ਮਤਲਬ ਨਹੀਂ ਹੈ। ਮੈਨੂੰ ਇਹ ਨਹੀਂ ਸਮਝ ਆਈ ਵੀ ਕਿਉਂ ਦੇਣਾ। ਇੱਕ ਤੁਸੀਂ ਬੱਸ ਦੇ ਵਿੱਚ ਲੇਡੀਜ਼ ਨੂੰ ਫ੍ਰੀ ਆਫ ਕੋਸਟ ਤੋਂ ਟਰੈਵਲ ਦਿੱਤਾ ਹੋਇਆ ਸੀ, ਉਹ ਸਮਝ ਆਉਂਦੀ ਵੀ ਚਲੋ ਲੇਡੀਜ਼ ਨੂੰ ਇੱਕ ਫ੍ਰੀ ਕਰ ਦਿੱਤਾ ਜੀ ਅਸੀਂ, ਪਰ ਮੈਂ 1000 ਰੁਪਏ ਹਰ ਲੇਡੀ ਨੂੰ ਦੇ ਰਿਹਾ, ਚਾਹੇ ਉਹ 1.5 ਲੱਖ ਰੁਪਏ ਮਹੀਨੇ ਦਾ ਕਮਾ ਰਹੀ। ਪਰ ਮੈਂ ਤੁਹਾਨੂੰ ਇਹ ਦੱਸਦਾ ਆਪਣਾ ਦੀਦੀ ਸਰ, ਮੈਂ ਵੀ ਬੜਾ ਵੱਡਾ ਤਜਰਬਾ ਮੈਨੂੰ ਮੇਰੀ ਵਾਈਫ ਨੇ ਸਾਂਝਾ ਕੀਤਾ ਕਿ ਜਿਹੜੇ ਬੱਸ ਪੰਜਾਬ ਸਰਕਾਰ ਦੀ ਜਿਹੜੀਆਂ ਬੱਸਾਂ 'ਚ ਕਿਰਾਇਆ ਫ੍ਰੀ ਹੈ ਨਾ, ਅਸੀਂ ਨਹੀਂ ਜਾਂਦੇ, ਉਹ ਜਿਹੜੇ ਕੰਡਕਟਰ ਹੈ ਉਹ ਉਹਨਾਂ ਲੇਡੀਜ਼ ਦੇ ਨਾਲ ਵਿਹਾਰ ਨਹੀਂ ਅੱਛਾ ਕਰਦੇ, ਔਰ ਕੋਸ਼ਿਸ਼ ਕਰਦੇ ਨਹੀਂ ਆਉਣਾ, ਪਰ ਉਹਨੂੰ ਲੱਗਦਾ ਵੀ ਯਾਰ ਮੈਂ ਸਵਾਰੀ ਬੈਠੀ ਤੇ ਸੀਟ ਵੀ ਦੇਣੀ ਹੈ ਔਰ ਨਾਲੇ ਇਸ ਤਰ੍ਹਾਂ ਕਰਨਾ। ਜਿਹੜਾ ਮੁਫ਼ਤ ਵਾਲਾ, ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ, ਮੁਫ਼ਤ ਵਾਲਾ ਨਹੀਂ। ਤੁਸੀਂ ਇਹ ਜਿਹੜਾ ਅੰਗਰੇਜ਼ੀ 'ਚ ਕਹਾਵਤ ਹੈ ਨਾ ਕਿ ਡੋਂਟ ਗਿਵ ਫਿਸ਼ ਟੂ ਸਮ ਵਨ ਐਂਡ ਟੀਚ ਹਿਮ ਹਾਊ ਟੂ ਫਿਸ਼, ਕਿ ਤੁਸੀਂ ਇੱਕ ਦਿਨ ਤਾਂ ਕਿਸੇ ਨੂੰ ਮੱਛੀ ਖਾਣ ਨੂੰ ਦੇ ਸਕਦੇ ਹੋ, ਪਰ ਜੇ ਉਹ ਤੁਸੀਂ ਚਾਹੁੰਦੇ ਹੋ ਕਿ ਉਹ ਰੋਜ਼ ਮੱਛੀ ਖਾਏ ਤਾਂ ਉਹਨੂੰ ਮੱਛੀ ਫੜਨਾ ਸਿਖਾ ਦਿਉ। ਤੁਸੀਂ ਪੰਜਾਬ ਦੇ ਰੋਜ਼ਗਾਰ ਲਿਆਓ, ਲੇਡੀਜ਼ ਵਾਸਤੇ ਕੁਛ ਹੋਰ ਫੈਸਿਲਿਟੀ ਦੇ ਦਿਓ, ਤੁਸੀਂ ਆਹ ਮੁਫ਼ਤ 1000 ਰੁਪਏ ਕੰਮ ਦਿਓ। ਜਿਹੜੇ ਬੰਦੇ ਡਰੱਗ ਪੀ ਕੇ ਜਾਂ ਸ਼ਰਾਬਾਂ ਪੀ ਕੇ ਇੱਧਰ ਉੱਧਰ ਗਿਰੇ ਫਿਰਦੇ ਆ, ਉਹਨਾਂ ਨੂੰ ਕੰਮ ਦਿਓ। ਕੰਮ ਕਰਨ ਨੂੰ ਦੇਖੋ, ਸਾਰੇ ਪੰਜਾਬੀ ਕੈਨੇਡਾ ਆਸਟ੍ਰੇਲੀਆ ਕਿਤੇ ਬਾਹਰ ਜਾ ਕੇ ਇੰਨਾ ਕੁ ਕੰਮ ਕਰਦੇ ਆ ਵੀ ਹੱਦੋਂ ਵੱਧ ਉਹਨਾਂ ਨੇ ਉੱਥੇ ਲੇਬਰ ਕਰਕੇ ਪੈਸੇ ਕਮਾਏ ਹੋਏ ਨੇ, ਔਰ ਉਹੀ ਚੀਜ਼ ਇੱਥੇ ਵੀ ਕਰ ਸਕਦੇ ਹਾਂ ਅਸੀਂ, ਇਹਨੂੰ ਕਿਉਂ ਨਹੀਂ ਅਸੀਂ ਠੀਕ ਕਰ ਸਕਦੇ? ਅਸੀਂ ਇਹ ਕਹੀਏ ਕਿ ਮੈਂ ਰੋਕ ਦੂੰਗਾ, ਉਹ ਨਹੀਂ ਕੋਈ ਗੱਲ ਹੈਗੀ। ਪਹਿਲਾਂ ਜੋਬਸ ਕ੍ਰੀਏਟ ਤਾਂ ਕਰੋ, ਅੱਛੀਆਂ ਫੈਕਟਰੀਆਂ ਤਾਂ ਲੱਗਣ, ਪੰਜਾਬ 'ਚ ਕੋਈ ਫੈਕਟਰੀ ਨਹੀਂ ਲੱਗਦੀ। ਜਿਹੜਾ ਆਈਟੀ ਹੱਬ ਇੱਥੇ ਬਣਿਆ ਸੀ ਉਹ ਵੀ ਸਾਰਾ ਚੱਕ ਕੇ ਕਿਤੇ ਨਾ ਕਿਤੇ ਚਲੇ ਗਿਆ ਇੱਥੇ, ਮਤਲਬ ਇੱਕ ਤਾਂ ਸਾਡਾ ਪੋਲੀਟੀਸ਼ੀਅਨਸ ਦੀ ਇੰਟਰਫੇਰੈਂਸ ਕਰਕੇ। ਉਸ ਟਾਈਮ ਵੀ ਇੰਟਰਫੇਰੈਂਸ ਇੰਨੀ ਰਹੀ ਕਿ ਉਹ ਬੰਦੇ ਕਹਿੰਦੇ ਸੀ ਵੀ ਠੀਕ ਹੈ ਜੀ, ਜੇ ਤੁਸੀਂ ਇੱਦਾਂ ਹੀ ਇੰਟਰਫੇਅਰ ਕਰਨਾ ਵੀ ਅਸੀਂ ਆਪਣਾ ਕਿਰਾਏ ਦੀ ਬਿਲਡਿੰਗ ਕਿਤੇ ਹੋਰ ਲੈ ਕੇ ਕੰਮ ਕਰ ਲਾਂਗੇ, ਉਹ ਦੂਜੀ ਜਗ੍ਹਾ ਸਟੇਟ 'ਚ ਚਲੇ ਜਾ, ਉਹ ਸਾਡਾ ਨੁਕਸਾਨ ਦੂਜੇ ਦਾ ਫਾਇਦਾ। ਹੁਣ ਆਈ ਟੀ ਵਾਲੇ ਹੱਬ ਇੱਥੇ ਬਣ ਸਕਦਾ, ਬਹੁਤ ਕੁਛ ਇੱਥੇ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਬਿਲਕੁਲ ਬਿਲਕੁਲ ਹੋ ਸਕਦਾ। ਸੋ ਮਤਲਬ ਕੁੱਲ ਮਿਲਾ ਕੇ ਅਸੀਂ ਇਹੋ ਹੀ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਸਿੰਘ ਮੁੱਖ ਮੰਤਰੀ ਤੋਂ ਬਣ ਗਿਆ, ਅਤੇ ਜੇ ਤੂੰ ਚਾਹੁੰਦਾ ਕਿ ਵਾਕਈ ਜਿਸ ਤੂੰ ਪਰਪਜ਼ ਲਈ ਆਇਆ ਹੈ, ਇਹਦੇ ਵਾਸਤੇ ਇਕੱਲੀ ਬਿਆਨਬਾਜ਼ੀ ਨਹੀਂ ਚੱਲਣੀ, ਇਕੱਲੀਆਂ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹ ਨਹੀਂ ਚੱਲਣੇ, ਇਹਦੇ ਵਾਸਤੇ ਤੁਹਾਨੂੰ ਇੱਕ ਬਲਿਊ ਪ੍ਰਿੰਟ ਦਾ ਪਲਾਨ ਬਣਾਉਣਾ ਪੈਣਾ, ਦੱਸਣਾ ਪੈਣਾ ਵੀ ਅਸੀਂ ਕਾਲਜ ਖੋਲ੍ਹ ਰਹੇ ਹਾਂ, ਇਹ ਫੈਕਟਰੀਆਂ ਲਗਾ ਰਹੇ ਹਾਂ, ਇੰਡਸਟਰੀ ਲਗਾ ਰਹੇ ਹਾਂ, ਇਹ ਕਰ ਰਹੇ ਹਾਂ। ਬਿਲਕੁਲ, ਅਤੇ ਜੇਕਰ ਇਹਦੇ ਕੋਲ ਨਹੀਂ ਹੋਇਆ ਤਾਂ ਹਰ ਬੱਚਾ ਖੁਸ਼ ਹੋਏਗਾ। ਜਿਹੜਾ ਬੱਚਾ ਇੰਜੀਨੀਅਰਿੰਗ ਗ੍ਰੈਜੂਏਟ ਹੋ ਕੇ ਨਿਕਲ ਰਿਹਾ ਉਹਦੇ ਲਈ ਨੌਕਰੀ ਹੈ ਨਹੀਂ, ਪੰਜਾਬ ਦੇ ਵਿੱਚ ਇੰਜੀਨੀਅਰਿੰਗ ਕਾਲਜ ਜ਼ਿਆਦਾ ਨੇ, ਬੱਚੇ ਘੱਟ ਹੁੰਦੇ, ਵਾਜਾਂ ਮਾਰ ਕੇ ਸੀਟਾਂ ਭਰੀਆਂ ਜਾਂਦੀਆਂ, ਉਹ ਫਿਰ ਉਹਨਾਂ ਨੂੰ ਜੋਬ ਨਹੀਂ ਹੈ। ਉਸ ਤੋਂ ਬਾਅਦ ਫਿਰ ਜੋਬ ਉਹਨੂੰ ਲੈਣ ਵਾਸਤੇ ਦਿੱਲੀ ਜਾਂ ਦਿੱਲੀ ਤੋਂ ਅੱਗੇ ਜਾਣਾ ਪੈਂਦਾ, ਸਾਊਥ ਤੱਕ ਯੂਕਰੇਨ ਜਾ ਰਹੇ ਜਾਂ ਬਾਹਰ ਚਲੇ ਜਾਂਦੇ ਆ। 18,000 ਬੱਚਾ ਉੱਥੋਂ, ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਹੀ ਹੈ, ਫਿਰ ਉੱਥੇ ਆਏ ਆ। ਹੁਣ ਇਹੀ ਫੀਸ ਅਗਰ ਸਟਰਕਚਰ ਸਰਕਾਰ ਦਾ ਕੰਟਰੋਲ ਹੋਵੇ ਕਿ ਤੁਸੀਂ ਇੰਨੀ ਫੀਸ ਹੀ ਦੇਣੀ ਹੈ, ਮਤਲਬ ਲੈਣੀ ਹੈ, ਇਸ ਤੋਂ ਜ਼ਿਆਦਾ ਫੀਸ ਤੁਸੀਂ ਨਹੀਂ ਚਾਰਜ ਕਰ ਸਕਦੇ,
क्यों साडा बच्चा इत्थे इंजीनियरिंग कॉलेज दो की सी, एक थापर हुंदा सी, एक पैक हुंदा सी। ਹੁਣ ਅੱਜ ਦੀ ਡੇਟ ਦੇ ਵਿੱਚ ਸਿਨੈਰੀਓ ਬਿਲਕੁਲ ਡਿਫਰੈਂਟ ਹੈ। ਕੋਈ ਬੱਚਾ ਇੰਜੀਨੀਅਰਿੰਗ ਕਰਨ ਲਈ ਐਟਲੀਸਟ ਬਾਹਰ ਨਹੀਂ ਜਾਂਦਾ, ਬਾਹਰ ਨਹੀਂ ਜਾਂਦਾ, ਮਤਲਬ ਫੋਰਨ ਕੰਟਰੀ ਜਾਂਦੇ ਜੇ ਜਾਂਦੇ ਇੱਧਰ ਨਹੀਂ ਜਾਂਦੇ। ਪਰ ਇੱਥੇ ਵੀ ਸਰ ਜਿਹੜਾ ਇਨਫਰਾਸਟ੍ਰਕਚਰ ਹੈਗਾ ਇੰਜੀਨੀਅਰਿੰਗ ਕਾਲਜਾਂ ਦਾ ਜਾਂ ਸਟੈਂਡਰਡ ਜਿਹੜਾ, ਉਹ ਇੰਨਾ ਕੁ ਗਿਰ ਚੁੱਕਿਆ ਨਾ ਸਰ। ਉਹ ਇਸੇ ਕਰਕੇ ਗਿਰਿਆ ਨਾ ਸਰ ਕਿ ਆਪਣੇ ਕੋਲ ਕਾਲਜ ਜ਼ਿਆਦਾ ਖੁੱਲ੍ਹ ਗਏ ਹੁਣ, ਇਫ ਐਟ ਆਲ ਨੰਬਰ ਆਫ ਫੈਕਲਟੀ ਵੀ ਨਹੀਂ ਹੈਗੀ, ਇਨਫਰਾਸਟ੍ਰਕਚਰ ਵੀ ਤਾਂ ਨਹੀਂ ਹੈਗਾ। ਉੱਥੋਂ ਦੇ ਪੜ੍ਹੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਦਿੰਦਾ, 5-5 ਹਜ਼ਾਰ ਦੀ ਨੌਕਰੀ ਨਹੀਂ ਦਿੰਦਾ। ਹਾਂ ਨਹੀਂ ਮਿਲਦੀ ਸਰ, ਕਿਉਂਕਿ ਲੈਵਲ ਹੀ ਨਹੀਂ ਹੈਗਾ। ਇਨਫੈਕਟ ਇਹ ਤਾਂ ਦੁਕਾਨਾਂ ਖੋਲੀਆਂ ਇਹਨਾਂ ਨੇ ਤਾਂ। अच्छी ऑर्गेनाइजेशन अच्छे कॉलेजेस की जाती है, उस कॉलेज से जाती जिथे इनटेक क्राइटेरिया अच्छा। अगर मैं पता है भी इस कॉलेज के बच्चे उन्होंने आवाजा मार के सीटा भरिया हुई, आई विल नैवर गो देर एंड हायर दैम, मैं क्यों जाऊँगा उत्थे। और उन्होंने मजबूरी यह हैगी कि कॉलेज मैं खोल लिया, इंफ्रास्ट्रक्चर मेरे को बहुत बड़ा हैगा, इनू रन करने की मेरे को पैसे नहीं है, तो जब मैं सीट भरागा ता ही मेरे को पैसा आएगा। हूँ चाहे उस बच्चे के जेई के किन्ने भी नंबर आए हो, तू चाहे कुछ भी ना किया हो, तू आ जा भाई सीट लै जा, और उतों ही पास आउट होकर उत्थे पढ़ाने लग जाते हैं। तो जब मैं ही हूँ पास आउट होया, मैं ही उत्थे पढ़ा रहा, तो मैं की लैवल का इंजीनियर क्रिएट कर दाँगा। बिल्कुल, फिर उन्होंने नौकरी नहीं मिलनी, वो बेरोजगारी शुरू हो जाती है। सो द प्रॉब्लम स्टार्ट फ्रॉम द ग्रास रूट कि इन्ने इंजीनियरिंग कॉलेज परमिशन क्यों दी गई। बिल्कुल, ईवन बीएड कॉलेजों भी क्यों दी गई, क्यों दी गई। हुण खाली ने जिन्ना जिन्होंने भी इनवैसटमेंट की, उन्होंने तो कोई कसूर नहीं, उन्होंने तो पैसा लाता। ਇਹ ਸਰਕਾਰਾਂ ਨੇ ਕਿਉਂ ਨਹੀਂ ਦੇਖਿਆ ਉਸ ਟਾਈਮ ਤੇ। ਸੋ ਤੁਸੀਂ ਕੁੱਲ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਇੱਕ ਤੀਸਰੀ, ਜਿਹੜਾ ਇੱਕ ਤੀਸਰਾ ਸਾਡੇ ਕੋਲ ਜਿਹਨੂੰ ਕਹਿੰਦੇ ਹਾਂ ਕਿ ਵਿਕਲਪ ਹੈ, ਉਹਨੂੰ ਲੈ ਕੇ ਨਵੀਂ ਪਾਰਟੀ ਵਿੱਚ ਲੈ ਕੇ ਪੰਜਾਬ 'ਚ ਆ ਤੇ ਗਿਆ, ਔਰ ਲੋਕਾਂ ਨੂੰ ਉਮੀਦਾਂ ਵੀ ਬੜੀਆਂ, ਉਮੀਦਾਂ ਵੀ ਹੈ। ਔਰ ਲੋਕ ਦੇਖੋ ਜਿੰਨੇ ਵੀ ਇਲੈਕਟ ਹੋਏ ਨੇ, ਉਹਨਾਂ 'ਚ ਜੋਸ਼ ਵੀ ਬੜਾ ਹੋਏਗਾ ਕਿ ਅਸੀਂ ਕੁਛ ਕਰਨਾ ਹੈ। ਪਰ ਸਰ ਗੱਲ ਇਹ ਹੁੰਦੀ ਹੈ ਨਾ ਕਿ ਕਰਨ ਵਾਸਤੇ ਤੁਹਾਡੇ ਕੋਲ ਐਕਸਪੀਰੀਅੰਸ ਤੇ ਇੱਕ ਪਲਾਨ ਤੇ ਹੋਣਾ ਚਾਹੀਦਾ ਨਾ, ਇੱਕ ਤੁਹਾਡੇ ਕੋਲ ਬਲੂ ਪ੍ਰਿੰਟ ਤੇ ਹੋਣਾ ਚਾਹੀਦਾ ਨਾ ਵੀ ਮੈਂ 2 ਸਾਲਾਂ ਬਾਅਦ ਆਪਣੀ ਸਟੇਟ ਨੂੰ ਕਿੱਥੇ ਪਹੁੰਚਾਉਣਾ ਹੈ ਔਰ ਕਿਸ ਤਰ੍ਹਾਂ ਪਹੁੰਚਾਉਣਾ ਹੈ। ਤੁਹਾਡੇ ਵਿਚਾਰ ਠੀਕ ਹੋਣੇ ਚਾਹੀਦੇ ਹੈਗੇ ਆ ਵੀ ਮੈਂ ਇਹ ਕਰਨਾ, ਮੈਂ ਕਰਨਾ ਕਿੱਦਾਂ ਵੀ ਤੇ ਤੁਹਾਡੇ ਕੋਲ ਹੋਣਾ ਚਾਹੀਦਾ ਨਾ, ਤੁਹਾਨੂੰ ਕੋਈ ਪਲਾਨ ਹੋਣੇ ਚਾਹੀਦੇ ਆ ਵੀ ਮੈਂ ਇਸ ਵਾਰੀ ਇਹ ਕਰਨਾ ਉਸ ਵਾਰੀ, ਉਹ ਹੈ ਨਹੀਂ। ਔਰ ਇਹ ਬਿਲਕੁਲ ਨਵਿਆਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਹੁਣ ਪੰਜਾਬ ਦੀ ਬੱਸ ਜਿਹੜੀ ਹੈ ਨਾ, ਉਹਦੇ 'ਚ ਪੰਜਾਬ ਦੀ ਸਾਰੀ ਜਿਹੜੀ ਵੋਟਰ ਕਹਿ ਰਹੇ ਹਾਂ, ਸਾਰਾ ਪੰਜਾਬ ਇੱਕ ਬੱਸ 'ਚ ਪਾਤਾ ਹੈ, ਔਰ ਉਹਦਾ ਹੈੱਡ ਬਣਾ ਤਾ ਅਸੀਂ ਇੱਕ ਐਸੀ ਪਾਰਟੀ ਨੂੰ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਉਹ ਬੱਸ ਚਲਾਉਣ ਦਾ, ਕਹਿਣ ਨੂੰ ਚਲਾ ਵੀ ਸਕਦੇ ਆ ਤੇ ਨਹੀਂ ਵੀ ਚਲਾ ਸਕਦੇ। ਇਸ ਤੋਂ ਭਗਵੰਤ ਮਾਨ ਉੱਪਰ ਇਹ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ। ਦੇਖੋ ਮੈਨੂੰ ਪਤਾ ਕੀ ਲੱਗਦਾ ਵੀ ਜਿਹੜੇ ਹਾਰੇ ਨੇ ਨਾ, ਜਿੰਨੀਆਂ ਵੀ ਪਾਰਟੀਆਂ ਦੇ ਹਾਰੇ ਨੇ, ਉਹਨਾਂ ਨੇ ਰੋੜੇ ਜ਼ਰੂਰ ਅਟਕਾਉਣੇ ਇਹਨਾਂ ਦੀ ਰਾਹ 'ਚ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੋੜੇ ਅਟਕਾਉਣੇ ਆ ਵੀ ਇਹਨਾਂ ਦੀ ਮਤਲਬ ਨਾ ਕਰਾ ਸਕਦੇ ਆ। We have to be prepared for that also. ਕੱਲ ਮੈਂ ਦੇਖ ਰਿਹਾ ਸੀ ਆਪਣਾ ਡੀਡੀ ਸਰ, ਕੱਲ ਇੱਕ ਚੱਲ ਰਿਹਾ ਸੀਗਾ ਵਾਇਰਲ, ਕਹਿੰਦੇ ਜੀ ਤੇ 2024 ਦੇ ਵਿੱਚ ਅਗਲੇ ਸਾਲ ਦੁਬਾਰਾ ਇਲੈਕਸ਼ਨ ਹੋ ਸਕਦੇ। ਹਾਂਜੀ, ਇਹ ਕੰਮ ਨਹੀਂ ਕਰਨਗੇ ਤਾਂ ਅਗਰ ਇੱਦਾਂ ਦੀ ਨੌਬਤ ਆ ਗਈ ਤਾਂ ਉਹ ਵੀ ਹੋ ਸਕਦਾ, ਔਰ ਇਹ ਪਾਰਟੀ ਦੇ ਟੁੱਟਣ ਦੇ ਚਾਂਸ ਵੀ ਬਹੁਤ ਜ਼ਿਆਦਾ ਸਾਡੇ ਇੱਥੇ। ਕੁਝ ਵੀ ਪੋਸੀਬਲ ਹੈ, 80 ਕੈਂਡੀਡੇਟ ਐਸੇ ਹੈ ਜਿਹੜੇ ਇਲੈਕਸ਼ਨ ਜਿੱਤੇ, ਜਿਹਨਾਂ ਚੋਂ ਜ਼ਿਆਦਾ ਜਿੱਤ ਕੇ ਆਏ ਆ, ਜਿਹੜੇ ਇਹਨਾਂ ਪਾਰਟੀਆਂ ਦੇ ਟੁੱਟ ਕੇ ਗਏ ਹੋਏ ਆ। ਸੋ ਇਹਨੂੰ ਜੋੜ ਕੇ ਰੱਖਣਾ ਵੀ ਬੜਾ ਔਖਾ ਕੰਮ ਹੈ, ਬਣਵੇਂ MLA ਨੂੰ ਜੋੜ ਕੇ ਰੱਖਣਾ ਬੜਾ ਔਖਾ ਕੰਮ ਹੈ। ਜਦੋਂ ਇਹ ਪਤਾ ਚੱਲ ਗਿਆ ਨਾ ਕਿ ਨਾਟ ਦੇ ਉੱਪਰ ਜਿੰਨੇ ਫਾਲਤੂ ਹੋਏ, ਉਹਨੇ ਕਿਸੇ ਹੋਰ ਕਿਸੇ ਪਾਰਟੀ ਦੀ ਲੱਗ ਗਈ ਅੱਖ, ਉਹਨੇ ਜਾ ਕੇ ਕਿਹਾ ਵੀ ਆਓ ਭਾਜੀ ਨਵੀਂ ਪਾਰਟੀ ਬਣਾਉਂਦੇ ਹਾਂ, ਅਸੀਂ ਸਪੋਰਟ ਕਰਾਂਗੇ, ਬਣਾਓ ਤੁਸੀਂ ਸਰਕਾਰ। ਮਤਲਬ ਇਹ ਇੰਨਾ ਸੌਖਾ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਪੂਰੀ ਮੈਨੂੰ ਲੱਗਦਾ ਕਿ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਵੀ ਇਹ ਸ਼ੁੱਡ ਨਾਟ ਥਿੰਕ ਨੈਗੇਟਿਵ, ਵੀ ਜੇ ਐਟਲੀਸਟ ਇਹ ਚੀਜ਼ ਚੰਗੀ ਤਰੀਕੇ ਹੋਵੇ, ਜੇ ਕੋਈ ਰੋੜੇ ਅਟਕਾਉਂਦਾ ਵੀ ਤਾਂ ਲੋਕਾਂ ਨੂੰ ਪਤਾ ਵੀ ਉਹਨਾਂ ਨੇ ਰੋੜੇ ਅਟਕਾਉਣੇ ਆ, ਉਹਦੇ 'ਚ ਵੀ ਅਗਰ ਪਾਰਦਰਸ਼ਤਾ ਰੱਖਣਗੇ ਤਾਂ ਸ਼ਾਇਦ ਠੀਕ ਚਲਾ ਜਾਣਗੇ। ਇਨ ਦੀ ਇੰਟਰਸਟ ਆਫ ਪੰਜਾਬ ਐਂਡ ਪੰਜਾਬੀਜ਼, ਵੀ ਵਿਸ਼ ਐਂਡ ਪ੍ਰੇ ਕਿ ਇਹ ਸਾਰਾ ਠੀਕ ਹੋਵੇ। ਡੀ ਡੀ ਸਾਹਿਬ ਗੱਲ ਇਹ ਹੈ,
ਅਸੀਂ ਗੱਲਾਂ ਬਾਤਾਂ ਤੇ ਬੜੀਆਂ ਵਧੀਆ ਕਰਦੇ ਹਾਂ ਪੋਲਿਟਿਕਸ ਨੂੰ ਲੈ ਕੇ, ਸਾਨੂੰ ਇਹ ਲੱਗਦਾ ਕਿ ਅਸੀਂ ਗੱਲਾਂ ਹੀ ਕਰ ਸਕਦੇ ਹਾਂ, ਅਸੀਂ ਆਪਣੀ ਰੋਜੀ ਰੋਟੀ ਤੇ ਸਾਨੂੰ ਆਪਣੇ ਬਾਰੇ ਆਪ ਹੀ ਸੋਚਣਾ ਪੈਣਾ, ਸਾਡੇ ਕੋਚਿੰਗ ਸੈਂਟਰ ਨਹੀਂ ਚੱਲ ਰਹੇ, ਬੁਰਾ ਹਾਲ ਹੈ, ਸਾਨੂੰ ਆਪ ਹੀ ਸੋਚਣਾ ਪੈਣਾ, ਫਿਰ ਵੀ ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ ਤੇ ਭਾਈ ਆਪਣੇ ਵਿਚਾਰ ਵੀ ਰੱਖਣੇ ਚਾਹੀਦੇ ਆ। ਔਰ ਦੇਖੋ ਪੰਜਾਬ ਦਾ ਰੱਬ ਹੀ ਰੱਖ ਹੈ, ਅਤੇ ਮੇਰਾ ਖਿਆਲ ਹੈ ਇਕੱਲੇ ਪੰਜਾਬ ਦਾ ਹੀ ਕਿਉਂ, ਸਾਰੇ ਦੇਸ਼ ਦਾ ਹੀ ਰੱਬ ਹੀ ਰੱਖ ਹੈ ਇਸ ਵੇਲੇ। ਔਰ ਦੇਖੋ ਕੀ ਬਣਦਾ, ਹੋਰ ਫਿਰ ਕੁਛ ਚਾਹ ਪਾਣੀ ਕਰ ਦੋ, ਫੋਨ ਵੀ ਕਰ ਲਵਾਂਗੇ। ਚਲੋ ਠੀਕ ਹੈ ਸਰ।